ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਅਤੇ ਮੇਰੇ ਰਾਜਕੰਬੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਗੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਆ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਗਾ ਸਵਾਗਤ ਹੈ। ਅੱਜ 7 ਨਵੰਬਰ ਦਿਨ ਸੋਮਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰਿਆ ਜੀ ਮਲੋਟ ਸਟੂਡੀਓਸ ਤੋਂ ਮਿੰਟੂ ਜੀ ਨਿੱਗੀ ਜੀ ਆਏ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪான்ਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜ ਜਨਰੇਕ ਕੋਲ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਤੇ 33 ਨਾਲ ਨਾਲ ਇੰਦਰ ਸੁਖਰਾਜ ਸਿੰਘ ਬਾਠ ਤੇ ਈਸ਼ਰਦੀਪ ਕੌਰ ਬਾਠ ਮੈਲਬਨ ਆਸਟ੍ਰੇਲੀਆ ਤੋਂ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ ਅਮਿੰਤੋ ਜੀ ਗੱਲਬਾਤ ਦਾ سلسلہ ਸ਼ੁਰੂ ਕਰਦੇ ਹਾਂ ਕੇਂਦਰ ਸਰਕਾਰ ਚੁੱਕੀ ਐਨਡੀ ਟੀਵੀ ਤੇ ਲੱਗੀ ਪਾਬੰਦੀ ਲਈ ਵਾਪਸ ਇਹਨੂੰ ਕਹਿੰਦੇ ਆ 176 ਵੀਕਾ ਦਾ 100 ਘੰਟਾ ਵੀਖਣਾ ਪਿਆ ਹੂੰ ਸਾਰਾ ਕੁਝ ਕਰ ਕਰਾ ਕੇ ਅੰਤ ਨੂੰ ਨਤੀਜਾ ਜਿਹੜਾ ਉਹ ਐਨਡੀਟੀਵੀ ਦੇ ਹੱਕ ਚ ਰਿਹਾ ਇਹ ਵੈਸੇ ਨਹੀਂ ਆਇਆ ਅੱਜ ਐਨਡੀਟੀਵੀ ਜਿਵੇਂ ਹੀ ਸੁਪਰੀਮ ਕੋਰਟ ਦੇ ਵਿੱਚ ਚਲੇ ਗਿਆ ਫਿਰ ਇਹਨਾਂ ਦੇ ਭਾਦੀ ਬਣ ਗਏ ਇੱਥੇ ਇੱਕ ਚੈਨਲ ਚੈਨਲ ਸਮੂਹ ਹੈ ਜੀ ਜੀ ਵਾਲਿਆਂ ਦਾ ਜਿਹੜਾ ਮਾਲਕ ਹੈ ਸੁਭਾਚੰਦਰਾ ਉਹ ਨਵਾਂ ਨਵਾਂ ਰਾਜ ਸਭਾ ਦਾ ਮੈਂਬਰ ਬਣਾਇਆ ਨਾ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਪਹਿਲਾਂ ਤੇ ਟੰਡੋਰਾ ਪੇਟ ਦਾ ਫਿਰ ਤਾਂ ਇਹ ਕਿ ਮੈਂ ਆਜ਼ਾਦ ਆ ਜੀ ਆਜ਼ਾਦ ਆ ਪਰ ਆਜ਼ਾਦ ਨਹੀਂ ਸੀ ਉਹ ਪਰਦੇ ਦੇ ਪਿੱਛੇ ਕੁਝ ਹੋ ਰਹੀ ਸੀ ਤੇ ਉਹ ਜਦੋਂ VOTING ਹੋਈ ਰਾਜ ਸਭਾ ਦੀ ਉੱਥੇ ਵੀ ਬਹੁਤ ਕੁਝ ਪੈਨ ਬਦਲਣ ਦਾ ਜਿਹੜਾ ਉਹ ਵੀ ਖਈਆ ਖੱਖਰ ਪਿਆ ਰਿਆ ਹਾਲੇ ਵੀ ਉਹ ਚੱਲਦਾ ਮਾਮਲਾ ਉਹ ਬੋਲਿਆ ਕੱਲ ਉਹ ਕਹਿੰਦਾ ਜੀ ਇਹ ਚੈਨਲ ਤੇ ਸਦਾ ਲਈ ਬੰਦ ਕਰ ਦੇਣਾ ਚਾਹੀਦਾ ਤੇ ਕਹਿੰਦਾ ਕਿ ਮੇਰੀ ਤੇ ਤਮੰਨਾ ਹੈ ਇਹ ਚੈਨਲ ਜਾਵੇ ਅਦਾਲਤ ਦੇ ਵਿੱਚ ਜਾਵੇ ਤੇ ਜਾ ਕੇ ਉੱਥੇ ਆਪਣਾ ਪੱਖ ਰੱਖੇ ਇਹਨਾਂ ਨੂੰ ਵੇਖਿਆ ਜੇ ਉੱਥੇ ਝੜ ਜਾਂ ਬਕੇ ਹੁੰਦੀ ਉਹ ਇਹੋ ਜੇ ਫਤਵੇ ਦੇਈ ਗਿਆ ਹੁਣ ਦੇਖੋ ਚਾਹੇ ਕਈ ਵਾਰ ਸਾਡੇ ਕਾਰੋਬਾਰੀ ਹਿੱਤ ਹੈ ਜਿਹੜੇ ਉਹ ਸੇਮ profession ਦੇ ਜਿਹੜੇ ਸਾਡੇ ਕੰਪੀਟੀਟਰ ਹੁੰਦੇ ਆ ਮੁਕਾਬਲੇਬਾਜ਼ ਹੁੰਦੇ ਉਹਨਾਂ ਦੇ ਨਾਲ ਟਕਰੌਂਦੇ ਆ ਕਈ ਵਾਰ ਸਾਡੇ ਸਿਧਾਂਤਕ ਵਿਚਾਰਤਾਰਕ ਵਖਰੇਵੇਂ ਆ ਜਿਹੜੇ ਉਹ ਹੁੰਦੇ ਵਿਚਾਰਕ ਵਖਰੇਵੇਂ ਕਾਰੋਬਾਰਕ ਵੱਖਰੇਵੇਂ ਇਹ ਸਾਰੀ ਚੀਜ਼ਾਂ ਹੁੰਦੀਆਂ ਹਿੱਤ ਟਕਰਾਉਂਦੇ ਆਪਸ ਦੇ ਵਿੱਚ ਪਰ ਇਸ ਤਰ੍ਹਾਂ ਕੋਈ ਮੀਡੀਆ ਸਮੂਦਾ ਮਾਲਕ ਦੂਸਰੇ ਮੀਡੀਆ ਗਰੁੱਪ ਤੇ ਇਸ ਤਰ੍ਹਾਂ ਚੜ ਕੇ ਆ ਜਾਵੇ ਇਹ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਫਿਰ ਜਿਵੇਂ ਹੀ ਅੱਜ ਐਨਡੀਟੀਵੀ ਗਿਆ ਕਿਉਂਕਿ ਇਹ ਗੱਲ ਚੁੱਪਦੀ ਹੈ ਜੋ ਵੀ ਬੰਦਾ ਇਸ ਤਰ੍ਹਾਂ ਦਾ ਆਪਣੇ ਖੇਤਰ ਦਾ ਸ਼ਰੀਕ ਇਸ ਤਰ੍ਹਾਂ ਦੀ ਗੱਲ ਆਖੇ ਤੇ ਫਿਰ ਗੱਲ ਚੁੱਪਦੀ ਹੈ ਔਰ ਦੂਸਰੀ ਗੱਲ ਇਹ ਸੀ ਕਿ ਜੇ ਐਨਡੀਟੀਵੀ ਸੁਪਰੀਮ ਕੋਰਟ ਚ ਨਹੀਂ ਸੀ ਜਾਂਦਾ ਤੇ ਉਹਦੀ ਭਰੋਸੇਯੋਗਤਾ ਜੇ ਜਿਹੜੀ ਕੁਝ ਹੱਦ ਤੱਕ ਪਹਿਲਾਂ ਹੀ ਖੋਰਾ ਖਾ ਚੁੱਕੀ ਐ ਉਹ ਪਰੋਸੇ ਹੱਦ ਤੱਕ ਕਿਤੇ ਨਾ ਕਿਤੇ ਦੱਬੀ ਜਾਣੀ ਸੀ ਇਸ ਕਰਕੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਰੋਕ ਕੀਤਾ ਕਿ ਜਾਣਾ ਪੈਣਾ ਕਿਉਂਕਿ ਲੋਕਾਂ ਦਾ ਬਹੁਤ ਵੱਡਾ ਸਮਰਥਨ ਜਿਹੜਾ ਸੀ ਉਹਨਾਂ ਦੇ ਹੱਕ 'ਚ ਖੜਾ ਸੀ ਉਹ ਜਿਵੇਂ ਸੁਪਰੀਮ ਕੋਰਟ ਦੇ ਵਿੱਚ ਗਏ ਆ ਸੁਪਰੀਮ ਕੋਰਟ ਨੇ ਉਹਨਾਂ ਦੀ ਸੁਣਵਾਈ ਐ ਜਿਹੜੀ ਉਹ ਮਨਜ਼ੂਰ ਕਰ ਲਈ ਕਿ ਕੋਈ ਗੱਲ ਨਹੀਂ ਤੁਸੀਂ ਆਪਣੀ ਜਿਹੜੀ ਪਟੀਸ਼ਨ ਆ ਉਹ ਪਾਓ ਅਸੀਂ ਮਨਜ਼ੂਰ ਕਰਦੇ ਤੇ ਅਸੀਂ ਕੱਲ ਨੂੰ ਯਾਨੀ 8 ਨਵੰਬਰ ਨੂੰ ਅਸੀਂ ਸੁਣਵਾਈ ਨਿਰਧਾਰਤ ਕਰਦੇ ਆ ਜਿਵੇਂ ਇਹ ਗੱਲ ਆਈ ਫਿਰ ਕੇਂਦਰ ਦਾ ਜਿਹੜਾ ਆਪਣਾ ਪਹਿਲਾ ਫੈਸਲਾ ਤਲਾਸੀ ਉਹ ਪਲਟ ਗਿਆ ਕੇਦਰ ਕਹਿੰਦੀ ਜੀ ਅਸੀਂ ਆਪਣਾ ਜਿਹੜਾ ਫੈਸਲਾ ਮੁਲਤਵੀ ਕਰ ਦਿੱਤਾ ਜੀ ਅ ਦੇਖਾਂਗੇ ਫਿਰ ਜੇ ਬਣਿਆ ਵਿਚਾਰ ਤੇ ਸੋ ਇਹੋ ਜਿਹਾ ਇਹਨਾਂ ਨੇ ਫਿਰ ਕਾਲਾ ਮਾਲਾ ਕਰਕੇ ਤੇ ਇੱਕ ਵਾਰੀ ਦਬੜੂ ਕੁਸੜੂ ਜਲਾ ਕੇ ਉਸ ਪਾਬੰਦੀ ਨੂੰ ਜਿਹੜੀ ਇਹਨਾਂ ਨੇ ala ਨਹੀਂ ਸੀ ਕਿ 9 ਨਵੰਬਰ ਨੂੰ ਤੁਸੀਂ 24 ਘੰਟੇ ਜਿਹੜਾ ਇਹ ਚੈਨਲ ਵੰਦ ਰੱਖੋਗੇ ਉਹ ਪਾਬੰਦੀ ਇੱਕ ਵਾਰੀ ਇਹਨਾਂ ਨੇ ਵਾਪਸ ਲੈ ਲਈ ਹੈ ਪੈਸੇ ਟੀਕੇ ਲਾਲਾ ਕੇ ਵੇਖੀ ਜਾਂਦੇ ਟੀਕੇ ਵੀ ਨਹੀਂ ਜਿਵੇਂ ਡਾਕਟਰ ਹੁੰਦੇ ਨੇ ਨਾ ਕਈ ਉਹ ਪਹਿਲਾਂ ਟੀਕਾ ਲਉਣ ਤੋਂ ਪਹਿਲਾਂ ਜਵਾਕ ਦੇ ਚੁੰਟੀ ਜੀ ਵੱਢਦੇ ਆ ਕਿ ਕਿੰਨੀ ਕੁ ਪੀੜ ਮਨਾਉਂਦਾ ਇਹ ਚੁੰਟੀਆਂ ਵੱਡੀਆਂ ਜਾ ਰਹੀਆਂ ਦੇਖੋ ਪਹਿਲਾਂ ਕਸ਼ਮੀਰ ਦੇ ਵਿੱਚ ਜਦੋਂ ਬਰਹਾਨਵਾਲੀ ਮਾਰਿਆ ਗਿਆ ਉਸ ਤੋਂ ਬਾਅਦ ਉੱਥੇ ਬਹੁਤ ਵੱਡੇ ਪੱਧਰ ਤੇ ਪ੍ਰੈਸ ਦਾ ਕਾਨ ਹੋਇਆ ਕਸ਼ਮੀਰ ਰੀਡਰ ਅਖਬਾਰ ਹੈ ਉੱਥੋਂ ਤਾਂ ਬਹੁਤ ਵੱਡਾ ਜੀ ਉਹਦੀ ਸਾਰੀ ਮਸ਼ਹਰੀ ਜ਼ਬਤ ਕਰ ਲਿਖੇ ਸੀ ਕੋਈ ਨਹੀਂ ਬੋਲਿਆ ਫੇਰ ਵਾਰੀ ਆ ਗਈ ਐਨਡੀਟੀਵੀ ਦੀ ਐਨਡੀਟੀਵੀ ਹਾਲੇ ਵਿੱਚ ਹੀ ਸੀਗਾ ਤੇ ਅਸਮਦਾ ਉਹ ਇੱਕ ਚੈਨਲ ਸੀ ਜਿਹੜਾ ਉਹ ਬੜਕਾ ਦਿੱਤਾ ਮੁੜ ਕੇ ਇੱਕ ਚੈਨਲ ਸੀ ਹੋਰ ਉਹ ਬੜਕਾ ਦਿੱਤਾ ਸੋ ਐਤਕੀ ਥੋੜਾ ਐਨਡੀਟੀਵੀ ਉਹ ਜਿਵੇਂ ਜਸਵੰਤ ਕਮਲ ਇੱਕ ਥਾਂ ਤੇ ਆਪਦੇ ਨਾਵਲੇ 'ਚ ਲਿਖਦਾ ਹੁੰਦਾ ਸੀ ਕਿ ਉੱਠ ਨੀ ਭਾਬੀ ਉੱਠ ਖੈਰ ਕੱਤੀ ਵਾਹ ਪੈ ਗਿਆ ਨਾਲ ਕੋ ਪੱਤਿਆਂ ਦੇ ਐਤਕੀ ਕੋ ਪੱਤੇ ਥਾਂ ਤੇ ਵਾਹ ਪੈ ਗਿਆ ਤੇ ਐਤ ਕੀ ਜਿਹੜੇ ਲੋਕ ਸਿੱਕੇ ਉਹ ਇੱਕ ਤਣਕੇ ਖੜ ਗਏ ਪਰ ਜਿਸ ਤਰੀਕੇ ਦੇ ਨਾਲ ਲੜਾਈ ਇਸ ਵਾਰੀ ਐਨਡੀਟੀਵੀ ਦੇ ਹੱਕ ਚ ਆਮ ਲੋਕਾਂ ਨੇ ਲੜੀ ਹੈ ਉਹ ਵਾ ਕਮਾਲ ਸੀ ਜਿਹੜੇ ਲੋਕ ਚੰਗੀ ਪੱਤਰਕਾਰਤਾ ਜਿਹੜੀ ਮਿਆਰੀ ਪੱਤਰਕਾਰਤਾ ਨੂੰ ਪਸੰਦ ਕਰਦੇ ਉਹਨਾਂ ਨੇ ਆਪੋ ਆਪਣੀ ਭਾਸ਼ਾ ਚ ਸੋਸ਼ਲ ਮੀਡੀਆ ਤੇ ਬਹੁਤ ਵੱਡਾ ਵਿਰੋਧ ਜਤਾਇਆ ਜਿਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਆ ਕਿ ਚਾਹੇਓ ਚੰਦਰਾ ਹੋਵੇ ਤੇ ਚਾਹੇ ਗਵਰਨਮੈਂਟ ਚੰਦਰੀ ਹੋਵੇ ਉਹ ਸਾਰਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਜੀ ਜੀ ਤੇ ਮਿੰਟੂ ਜੀ ਅੱਗੇ ਆਪਾਂ ਵਧਦੇ ਹਾਂ ਸਾਰਾ ਦਿਨ ਹੁੰਦੀ ਰਹੀ ਪ੍ਰਦੂਸ਼ਣ ਤੇ ਸਿਆਸਤ ਬਾਦਲ ਨੇ ਕਿਹਾ ਸਾਨੂੰ ਨਾ ਬਦਨਾਮ ਕਰੋ ਇਹ ਪ੍ਰਦੂਸ਼ਣ ਤੇ ਹੁਣ ਦੂਸ਼ਣ ਲੱਗਣੇ ਸ਼ੁਰੂ ਹੋ ਗਏ ਹੂੰ ਦਿੱਲੀ ਵਾਲੇ ਕਹਿੰਦੇ ਕਿ ਸਾਨੂੰ ਪੰਜਾਬ ਤੇ ਹਰਿਆਣਾ ਲਈ ਖੜਾ ਹੂੰ ਪੰਜਾਬ ਵਾਲੇ ਸਾਡੇ ਪ੍ਰਕਾਸ਼ ਸਿੰਘ ਬਾਦਲ ਬੋਲਿਆ ਉਹ ਕਹਿੰਦਾ ਕਿ ਸਾਨੂੰ ਬਦਨਾਮ ਨਾ ਕਰੋ ਦਿੱਲੀ ਆਪਣੇ ਹਾਲਤ ਲਈ ਆਪ ਜ਼ਿੰਮੇਵਾਰ ਹੈ ਸਵਾਰੀ ਆਪਣੇ ਸਬੰਧ ਦੀ ਆਪ ਜ਼ਿੰਮੇਵਾਰ ਹੈ प्रकाशम बादल ते इत्तो तक ਵੀ ਆ ਗਿਆ ਸੀ ਉਹ ਆਂਦਾ ਕਿ ਅਨੌਨ ਤੁਸੀਂ ਖਾਂਦੇ ਹੋ ਪੰਜਾਬ ਦਾ ਤੇ ਤੁਮਾਂ ਹੀ ਕਿੱਥੇ ਲੈ ਕੇ ਜਾਈਏ ਜੇ ਅੰਨ ਖਾਂਦੇ ਹੋ ਤੇ ਤੁਆ ਵੀ ਛਕਣਾ ਪੈਣਾ ਉਹ ਗੱਲ ਕਹਿ ਕੇ ਆਸੀ प्रकाशम बादल ਤੁਆ ਕਿੱਥੇ ਲੈ ਕੇ ਜਾਈਏ ਅੱਜ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਮੀਟਿੰਗ ਸੀ ਕਿ ਉੱਥੇ ਉਹਨੇ ਕਾਫੀ ਝੜ-ਜੰਪ ਕੀਤੀ ਹੈ ਸਾਡਾ ਤੋਤਾ ਸੋ ਵੀ ਉੱਥੇ ਗਿਆ ਸੀਗਾ ਮਨੂਰ لال ਖੱਟੜ ਜਿਹੜਾ ਹਰਿਆਣੇ ਦਾ ਉਹ ਵੀ ਗਿਆ ਸੀ ਜਿਹੜਾ ਕੇਂਦਰ ਦਾ ਮંત્રી ਹੈ ਵਾਤਾਵਰਨ ਛੁਗਿਰਦਾ ਮੰਤਰੀ ਉਹ ਵੀ ਉੱਥੇ ਗਿਆ ਸੀ ਰਲ ਮਿਲ ਕੇ ਉੱਥੇ ਵਿਚਾਰਾ ਹੋਇਆ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਇਹ ਗੱਲ ਆਖੀ ਉਹਨੇ ਆਖਿਆ ਕਿ ਤੁਸੀਂ ਦਿੱਲੀ ਵਾਲਿਆਂ ਨੂੰ ਕਿਹਾ ਕਿ ਤੁਸੀਂ ਸਾਰੀ ਸੁੱਟ ਪੰਜਾਬ ਤੇ ਹਰਿਆਣਾ ਤੇ ਸੁੱਟ ਕੇ ਬਰੀ ਨਹੀਂ ਹੋ ਸਕਦੇ ਤੁਹਾਡਾ ਵੀ ਆਪ ਦਾ ਖਸੂਰ ਦੂਜੇ ਪਾਸੇ ਤੋਤਾ ਸਿੰਘ ਨੇ ਬਾਹਰ ਨਿਕਲ ਕੇ ਆਖ ਦਿੱਤਾ ਉਹਨੇ ਆਖਿਆ ਸਾਡਾ ਜਿਹੜਾ ਦਿੱਲੀ ਵਾਲਾ ਮੰਤਰੀ ਹੈ ਸਾਨੂੰ ਬਦਨਾਮ ਕਰੀ ਜਾਂਦਾ ਅਸੀਂ ਤੇ ਪੰਜਾਬ ਦੇ ਵਿੱਚ ਬਹੁਤ ਕੁਝ ਕੀਤਾ ਪਤਰਕਾਰ ਨੇ ਪੁੱਛਿਆ ਕੀ ਕੀਤਾ ਉਹ ਕਹਿੰਦਾ ਜੀ ਹਮਨੇ ਤੋਂ ਬੇਲਰ ਦਿਆ ਹੈ ਹਮਨੇ ਤੋਂ ਐ ਕਿਆ ਹੈ ਉਹ ਕਹਿੰਦੇ ਕਿ ਕਾਰਵਾਈ ਕੀ ਕੀਤੀ ਹੈ ਜਿਹੜੀ ਉੱਥੇ ਪ੍ਰਾਲੀ ਛੜਦੀ ਉਹਦੇ ਲਈ ਕੀ ਕੀਤਾ ਉਹ ਜੀ ਅਸੀਂ ਕਿਸਾਨੋਂ ਤੇ ਕਾਰਵਾਈ ਕੀਤੀ ਕਾਰਵਾਈ ਕਾਦੀ ਕੀਤੀ ਹੈ ਕਾਰਵਾਈ ਤੇ ਇਹੋ ਜੀ ਹੈ ਕਿ ਜਦੋਂ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲੱਗਦੀ ਸਭ ਤੋਂ ਪਹਿਲਾਂ ਬਾਦਲਪਿੰਡ ਤੋਂ ਸ਼ੁਰੂ ਹੁੰਦੀ ਹੈ ਤੇ ਅੱਜ ਤੱਕ ਵੇਖੋ ਕਿ ਉੱਥੇ ਕਿਹਦੇ ਕਾਰਵਾਈ ਹੋਈ ਆ ਇਹਦੇ ਆਪਣੇ ਖੇਤੀ ਮੰਤਰੀ ਦੇ ਇਲਾਕੇ ਦੇ ਵਿੱਚ ਸਭ ਤੋਂ ਜਿਆਦਾ ਪਰਾਲੀ ਸੜਦੀ ਹੈ ਤੇ ਕਮਾਲ ਦੀ ਗੱਲ ਹੈ ਜਦੋਂ ਤੋਤਾ ਸਿੰਘ ਉਹ ਉੱਥੇ ਇਹੋ ਜੇ ਬਿਆਨ ਛਾਪੜਿਆ ਸੀ ਦਿੱਲੀ ਦੇ ਵਿੱਚ ਖੜਾ ਐਨ ਉਸੇ ਸਮੇਂ ਮੋਗੇ ਦੇ ਵਿੱਚ ਅੱਗ ਲਾਈ ਸੀ ਪਰਾਲੀ ਨੂੰ ਉਸ ਦੌਰਾਨ ਵਾਪਰੇ ਹਾਦਸੇ 'ਚ ਇੱਕ ਔਰਤ ਦੀ ਮੌਤ ਹੋ ਗਈ ਹੈ ਜੀ ਇਹੋ ਜਿਹਾ ਝੂਠ ਬੋਲਦੇ ਫਿਰਦੇ ਜਾ ਕੇ ਦਿੱਲੀ ਵਾਲੇ ਵੀ ਇਹੋ ਕੰਮ ਕਰੀ ਜਾਂਦੇ ਆ ਦਿੱਲੀ ਵਾਲੇ ਜਿਹੜਾ ਝੂਠ ਬੋਲਦੇ ਆ ਕਿ ਜੀ ਸਾਨੂੰ ਪੰਜਾਬ ਤੇ ਹਰਿਆਣਾ ਮਾਰ ਗਿਆ ਇਹ ਕਰ ਗਿਆ ਅਸਲ ਦੇ ਵਿੱਚ NASA ਦੀ ਅੱਜ ਇੱਕ ਰਿਪੋਰਟ ਆਈ ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਮਾਰ ਪੰਜਾਬ ਦੇ ਧੂਏ ਦੀ ਪੈਣ ਦੀ ਆ ਇਸ ਸਮੇਂ ਪੰਜਾਬ ਨੂੰ ਹੂੰ ਇਹ ਪੰਜਾਬ ਜਿਹੜਾ ਪ੍ਰਾਲੀ ਸਾੜਦਾ ਤੇ ਇੱਕ ਜਿਹੜਾ ਹੇਠਲੇ ਪਾਸੇ ਲੈਂਦਾ ਪੰਜਾਬ ਜਿਹਨੂੰ ਬੋਲਦੇ ਆ ਆਪਾਂ ਪਾਕਿਸਤਾਨੀ ਪੰਜਾਬ ਉਹਦੇ ਵਿੱਚ ਜ਼ਿਆਦਾ ਅਸਰ ਆ ਉਹਨਾਂ ਨੇ ਫੋਟੋਆਂ ਵੀ ਜਾਰੀ ਕੀਤੀਆਂ ਉਹਨਾਂ ਨੇ ਕਿਹਾ ਕਿ ਐਸ ਸਮੇਂ ਪਾਕਿਸਤਾਨ ਵਾਲੇ ਫਰੀਦ ਵਿੱਚ ਹੀ ਰਗੜੇ ਜਾਂਦੇ ਪਏ ਆ ਇਹ ਗੱਲ ਬਹੁਤ ਹੱਦ ਤੱਕ ਇਥੋਂ ਹੀ ਤੈਅ ਹੋ ਜਾਂਦੀ ਹੈ ਕਿ ਦੇਖੋ ਚੰਡੀਗੜ੍ਹ ਆ ਜਾਂ ਹੋਰ ਸਾਡੇ ਵਾਲੇ ਤੋਂ ਵਾਲੇ ਹੋਸ਼ਾਹ ਰਿਆ ਉਥੇ ਇਸ ਤਰ੍ਹਾਂ ਦੀ ਕੋਈ ਸਮੱਸਿਆ ਕੋਈ ਬਹੁਤ ਹੀ ਵੱਡੀ ਨਹੀਂ ਇਹ ਦਿੱਲੀ ਵਾਲੇ ਕਹਿੰਦੇ ਕਿ ਸਾਨੂੰ ਪੰਜਾਬ ਦਾ ਧੂਆ ਮਰ ਗਿਆ ਸਾਨੂੰ ਹਰਿਆਣਾ ਦਾ ਧੂਆ ਮਰ ਗਿਆ ਇਹਨਾਂ ਦੇ ਨਾਲ ਤੇ ਉੱਤਰ ਪ੍ਰਦੇਸ਼ ਵੀ ਲੱਗਦਾ ਹੂੰ ਉੱਤਰ ਪ੍ਰਦੇਸ਼ ਦਾ ਨਾਂ ਹੀ ਨਹੀਂ ਲੈਂਦੇ ਸੋ ਹਰਿਆਣਾ ਪੰਜਾਬ ਨੂੰ ਵੀ ਥੋੜਾ ਜਿਹਾ ਜ਼ਿਆਦਾ ਰੱਖੀ ਬੈਠਿਆ ਪਰ ਅੱਜ ਜਿਹੜਾ ਸਾਡਾ ਕੇਂਦਰੀ ਚੁਗਿਰਦਾ ਮੰਤਰੀ ਉਹਨੇ ਵੀ ਆਖਿਆ ਉਹਨੇ ਆਖਿਆ ਕਿ 80% ਦੀ ਹੈ ਜਿਹੜਾ ਉਹ ਦਿੱਲੀ ਦਾ ਆਬਦਾ ਕਸੂਰ ਹੈ ਕਿਉਂਕਿ ਦਿੱਲੀ ਜਿਹੜੀ ਹੈ ਰਾਜਕਰਨ ਵੀਰ ਸਿੰਘ ਜੀ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਦੁਨੀਆਂ ਦੇ ਵਿਸ਼ਵ ਤੇ ਸਭ ਤੋਂ ਗੰਦੇ ਸ਼ਹਿਰ ਆ ਉਹਨਾਂ ਦੇ ਵਿੱਚੋਂ ਇੱਕ ਹੈ ਦਿੱਲੀ ਹੂੰ ਇਹ ਤੇ ਅਰਵਿੰਦ ਕਿਰਨ ਨੇ ਥੋੜਾ ਜਿਹਾ ਸੁਧਾਰ ਕਰ ਲਿਆ ਪਹਿਲਾਂ ਤੇ ਮੇਰੇ ਖਿਆਲ ਦੇ ਨਾਲ ਦੂਜੇ ਤੀਜੇ ਨੰਬਰ ਤੇ ਸੀ ਹੁਣ 10ਵੇਂ ਨੰਬਰ ਤੇ ਆ ਗਈ ਹੈ ਪਰ ਫਿਰ ਵੀ ਪੋਲਿਊਸ਼ਨ ਦੇ ਮਾਮਲੇ ਤੇ ਕਹਿ ਸਕਦੇ ਹਾਂ ਕਿ ਨਵੀਂ ਦਿੱਲੀ ਹਾਲੇ ਵੀ ਬਹੁਤ ਜ਼ਿਆਦਾ ਸੁਧਾਰ ਮੰਗਦੀ ਹੈ ਇਹਦਾ ਕਾਰਨ ਆ ਹੁਣ ਪੰਜਾਬ ਦੇ ਵਿੱਚ ਵੇਖੋ ਅਸੀਂ ਪੰਜਾਬ ਨੂੰ ਬਰੀ ਨਹੀਂ ਕਰ ਸਕਦੇ ਜੋ ਪੰਜਾਬ ਦੇ ਵਿੱਚ ਹਾਲਤ ਆ ਪਰ ਦਿੱਲੀ ਦੇ ਵਿੱਚ ਇਹ ਮਸਲਾ ਹੈ ਕਿ ਪੰਜਾਬ ਦਾ ਜਿਵੇਂ ਹੁਣ ਸਾਡਾ 50000 ਵਰਗ ਕਿਲੋਮੀਟਰ ਦਾ ਖੇਤਰਫਲ ਆ ਤੇ ਆਬਾਦੀ ਸਾਡੀ ਇੱਥੇ ਰਹਿੰਦੀ ਹੈ 2.5 ਕੋ ਕਰੋੜ ਤੇ ਦੂਜੇ ਪਾਸੇ ਜੇ ਐਨਸੀਆਰ ਕੱਲੇ ਐਨਸੀਆਰ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ 46000 ਖੇਤਰ ਦਾ ਵਰਗ 46000 ਵਰਗ ਕਿਲੋਮੀਟਰ ਦਾ ਖੇਤਰ ਹੈ ਉਹਦੇ ਚ 4 ਕਰੋੜ ਆਬਾਦੀ ਹੈ ਸੋ ਗੈਸ ਉਮ ਜਿਹੜੀ ਤੱਪਸ ਆ ਉਹਦਾ ਹਿਸਾਬ ਕਿ ਤਬ ਤੇ ਆਬਾਦੀ ਦੇ ਅਨੁਪਾਤ ਹੀ ਲੱਗਣਾ ਹੈ ਨਾ ਜਿਹੜੀ ਦਿੱਲੀ ਹੈ ਦਿੱਲੀ ਦੇ ਵਿੱਚ ਵੀ ਜੇ ਦੇਖੀਏ ਮਹਸ 14000 ਵਰਗ ਕਿਲੋਮੀਟਰ ਦਾ ਜਿਹੜਾ ਖੇਤਰਫਲ ਆ ਤੇ ਵਾਦੀ ਉੱਥੇ ਮੇਰੇ ਖਿਆਲ ਦੇ ਨਾਲ ਉਸ ਛੋਟੇ ਜਿਹੇ ਖੇਤਰਫਲ ਦੇ ਵਿੱਚ ਲਗਭਗ ਸਵਾ ਕਰੋੜਿਆ ਸੋ ਇਹ ਕਿਤੇ ਨਾ ਕਿਤੇ ਦਿੱਲੀ ਨੂੰ ਆਪ ਦੇ ਪੱਧਰ ਤੇ ਹੱਲ ਲੱਭਣੇ ਪੈਣਗੇ ਹਾਲਾਂਕਿ ਅੱਜ ਉਹਨਾਂ ਨੇ ਹੱਲ ਖੋਜਨੇ ਸ਼ੁਰੂ ਕਰ ਦਿੱਤੇ ਆ ਫੁਆਰੇ ਵੀ ਉਹਨਾਂ ਨੇ ਸ਼ੁਰੂ ਕੀਤੇ ਆ ਸਕੂਲ ਬੰਦ ਕਰ ਦਿੱਤੇ ਆ ਜਿਹੜੀ ਕੰਸਟ੍ਰਕਸ਼ਨ ਹੁੰਦੀ ਆ ਉਹ ਰੋਕ ਦਿੱਤੀ ਗਈ ਆ ਇਸ ਤਰ੍ਹਾਂ ਦੇ ਉਹਨਾਂ ਨੇ ਹੱਲ ਲੱਭਣੇ ਤੇ ਸ਼ੁਰੂ ਕਰ ਦਿੱਤੇ ਆ ਅਮਲ 'ਚ ਲਿਆਂਦੇ ਆ ਪਰ ਦਿੱਲੀ ਵਾਲੇ ਠੀਕ ਆ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰਦੇ ਪਿਆ ਪਰ ਇਹਦਾ ਮਤਲਬ ਇਹ ਨਹੀਂ ਕਿ ਪੰਜਾਬ ਵਾਲੇ ਹੁਣ ਲੱਲੇ ਭੱਵੇ ਮਾਰ ਕੇ ਭਰੀ ਹੋ ਜਾਣ ਪੰਜਾਬ ਦੇ ਵੀ ਹਾਲਾਤ ਹੈ ਅੱਜ ਹਾਲਾਤ ਹੈ ਜਿਹੜੇ ਉਹ ਬੜੇ ਮੰਦੇ ਆ ਖਾਸ ਤੌਰ ਤੇ ਇਸ ਦੌਰ ਦੇ ਵਿੱਚ ਪੰਜਾਬ ਨੂੰ ਵੀ ਇਸ ਪਾਸੇ ਵਧਣਾ ਪਵੇਗਾ ਜੇ ਰਲ ਕੇ ਚੱਲਣ ਪੰਜਾਬ ਹਰਿਆਣਾ ਦਿੱਲੀ ਜਿਹੜੇ ਜਾਦੀ ਮਾਰ ਸੰਹਦੇ ਆ ਮੇਰੇ ਖਿਆਲ ਦੇ ਨਾਲ ਬਿਹਤਰ ਹੋਏਗਾ ਜੇ ਜੇ ਸਾਰੇ ਹੀ ਪ੍ਰਾਂਤ ਜਿਹੜੇ ਮੁਲਖ ਦੇ ਸਾਰੇ ਹੀ ਪ੍ਰਾਂਤ ਰਲ ਕੇ ਸੋਚਣ ਤੇ ਬਹੁਤ ਹੀ ਚੰਗਾ ਹੋਏਗਾ ਕਿਉਂਕਿ ਇਸ ਸਮੇਂ ਭਾਰਤ ਦੇ ਸਾਹਮਣੇ ਦੋ ਸਭ ਤੋਂ ਵੱਡੀਆਂ ਚੁਣੌਤੀਆਂ ਨੇ ਜਿਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਉਹ ਇੱਕ ਹੈ ਆਬਾਦੀ ਤੇ ਦੂਜਾ ਹੈ ਜੋ ਗਿਰਦੇ ਦਾ ਜਿਹੜਾ ਨਾਸ਼ ਵੱਜਦਾ ਤੇ ਬਿਲਕੁਲ ਬਿਲਕੁਲ ਵਾਤਾਵਰਣ ਦੇ ਬਾਰੇ ਕੋਈ ਸੋਹਿਰਤਾ ਜਿਹੜੀ ਨਜ਼ਰ ਨਹੀਂ ਆਉਂਦੀ ਅਗਲੀ ਆਪਾਂ ਮਿੰਟੋ ਜੀ ਗੱਲ ਕਰੀਏ ਵੀ ਸਰਬੱਤ ਖਾਲਸਾ ਦੇ ਆਯੋਜਨ ਤੇ ਹਾਈ ਕੋਰਟ ਨੇ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਦੇਖੋ ਇਹਨਾਂ ਨੇ ਬੜਾ ਕਮਲ ਮਾਰਿਆ ਬਾਦਲ ਪਰਵਾਰ ਨੇ ਸਰਬੱਤ ਖਾਲਸਾ ਉਹਨਾਂ ਨੇ ਐਲਾਨਿਆ ਸੀ ਉਹਨਾਂ ਨੇ ਤੇ 6 ਮਹੀਨੇ ਹੋ ਗਏ ਆਪਣਾ ਕੰਮ ਕਰੀ ਜਾਂਦੇ ਸੀ ਜੀ ਜੇ ਤੁਸੀਂ ਇਹ ਸਮਝਦੇ ਹੋ ਕਿ ਉਹ ਬਦਮਨੀ ਕੋਈ ਫਿਲਾ ਸਕਦੇ ਆ ਕੋਈ ਅਮਨ ਕਾਨੂੰਨ ਨੂੰ ਖਤਰਾ ਜਿਹੜਾ ਉਹ ਪੈਦਾ ਕਰ ਸਕਦੇ ਆ ਤੇ 6 ਮਹੀਨੇ ਜਦੋਂ ਉਹਨਾਂ ਨੇ ਪਹਿਲਾ ਲਾਨਿਆ ਸੀ ਉਦੋਂ ਵੀ ਇਹਨਾਂ ਨੂੰ ਅਰੈਸਟ ਕਰ ਲੈਣਾ ਚਾਹੀਦਾ ਸੀ ਹੂੰ ਐਨ ਮੌਕੇ ਤੇ ਆ ਕੇ ਜਦੋਂ ਬਾਹਰੋਂ ਵੀ ਲੋਕ ਆਉਣ ਲੱਗ ਪਏ ਜਦੋਂ ਇੱਥੋਂ ਦੇ ਲੋਕ ਵੀ ਤਿਆਰੀਆਂ ਵੱਟਣ ਲੱਗ ਪਏ ਇਹਨਾਂ ਨੇ ਜਿਹੜਾ ਖਾਕੀ ਦਮਨ ਚੱਕਰ ਚ ਲਾਇਆ ਬਹੁਤ ਨਦਰਿ ਹੋ ਗਿਆ ਹੂੰ ਲਗਭਗ 2000 ਦੇ ਕਰੀਬ ਗ੍ਰਿਫਤਾਰੀਆਂ ਹੋ ਗਈਆਂ 5000 ਬੰਦਾ ਜਿਹੜਾ ਕਰੋਨਾਠਿਆ ਫਿਰਦਾ ਦੱਸਦੇ ਆ ਕਰਬਾਰ ਛੱਡ ਕੇ ਉਹ ਇਸ ਤਰ੍ਹਾਂ ਚਲੇ ਗਏ ਜਿਵੇਂ 17ਵੀਂ 18ਵੀਂ ਸਦੀ ਦਾ ਇਤਿਹਾਸ ਦੱਸਦਾ ਹੁੰਦਾ ਕਿ ਕਰਬਾਰ ਛੱਡ ਕੇ ਬਿਆ ਬਾਣਾ ਦੇ ਵਿੱਚ ਤੁਰੇ ਫਿਰਦੇ ਆ ਕਿਉਂਕਿ ਇਹ ਦੇਖੋ ਇੱਥੇ ਪਹਿਰੇਦਾਰ ਦਾ ਇੱਕ ਪੱਤਰਕਾਰ ਆ ਜੀ ਉਹਦਾ ਨਾਮ ਸੁਖਜਿੰਦਰ ਸਿੰਘ ਹੈ ਉਹਨੂੰ ਵੀ ਚੁੱਕਿਆ ਕੱਲ ਰਾਤ ਬਿਨਾ ਵਾਰੰਟ ਤੋਂ ਪੁਲਿਸ ਚੁੱਕਦੀ ਫਿਰਦੀ ਇਹਦਾ ਮਤਲਬ ਕਿੰਨੀ ਮੱਚੀ ਹੈ ਕੋਈ ਲਿਖਤ ਨਹੀਂ ਕੋਈ ਪੜਤ ਨਹੀਂ ਜਿਵੇਂ ਉਹਨੇ ਇੱਕ ਪੱਤਰਕਰ ਰਾਤ ਨੂੰ ਦੀ ਰਾਤ ਨੂੰ ਚੱਕ ਲਿਆ ਜਾਂਦਾ ਰਾਤ ਭਰਾਤੇ ਦੂਜਾ ਬੰਦਾ ਜਿਹੜਾ ਉਹਦੀ ਕਿੰਨੀ ਕੁ ਪੁੱਛ ਪ੍ਰਤੀਤ ਹੋਏਗੀ ਜੋ ਇਹ ਕਰਦੇ ਪਏ ਗਲਤ ਕਰਦੇ ਪਏ ਸਿਮਰਨਜੀਤ ਸਿੰਘ ਮਾਨ ਨੂੰ ਵੀ ਵੈਸੇ ਚਾਹੀਦਾ ਸੀ ਕਿ ਉਹ ਹਾਈ ਕੋਰਟ ਦੇ ਵਿੱਚ ਗਿਆ ਤੇ ਹੈ ਪਰ ਪਹਿਲੇ ਚਲੇ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਹੀ ਸੀ ਉਹ ਕਿਹੜਾ ਨਵਾਂ ਹੈ ਇਸ ਇਥੋਂ ਦੀ ਸਿਆਸਤ ਨੂੰ ਕਿ ਉਹ ਕਿਹੜਾ ਪ੍ਰਕਾਸ਼ੀਬਾਦਲ ਨੂੰ ਜਾਣਦਾ ਨਹੀਂ ਜੇ ਉਹਨੂੰ ਲੱਗਦਾ ਸੀ ਇਹੋ ਜਿਹਾ ਕੰਮ ਤੇ ਪਹਿਲੇ ਹਾਈ ਕੋਰਟ ਦੇ ਵਿੱਚੋਂ ਫੈਸਲਾ ਕਰਾ ਲੈਣਾ ਚਾਹੀਦਾ ਸੀ ਇਹ ਜਦੋਂ ਚੁੱਕ ਚੁਕਈਆ ਹੋ ਗਿਆ ਹੁਣ ਇਹ ਹਾਈ ਕੋਰਟ ਦੇ ਵਿੱਚ ਗਿਆ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਸੀ ਹਾਈ ਕੋਰਟ ਨੇ ਜਵਾਬ ਤਲਬੀ ਕੀਤੀ ਹੈ ਪੰਜਾਬ ਸਰਕਾਰ ਤੋਂ ਕੱਲ ਨੂੰ ਇਹ ਜਵਾਬ ਦਾਖਲ ਕਰਨਗੇ ਉਸ ਤੋਂ ਬਾਅਦ ਫਿਰ ਹਾਈ ਕੋਰਟ ਹੈ ਜਿਹੜਾ ਕੋਈ ਫੈਸਲਾ ਲਵੇਗਾ ਪਰ ਸਭ ਤੋਂ ਜਿਹੜੀ ਗੱਲ ਸੋਚਣ ਵਾਲੀ ਇਹ ਹੈ ਕਿ ਦੇਖੋ ਇੱਕ ਜਿਹੜੀ ਹੁਕਮਰਾਨ ਤੇ ਰਿਆ ਜਿਹੜੀ ਅਜੇ ਦਮਨ ਚੱਕਰ ਚਲਾਈ ਫਿਰਦੀ ਐ ਜੇ ਉਹ ਹੁਕਮਰਾਨ ਸਤਾ ਦੇ ਵਿੱਚ ਹੋ ਕੇ ਕੇਂਦਰੀ ਫੋਰਸਾਂ ਦੇ ਖਿਲਾਫ ਬਾਰਡਰ ਤੇ ਜਾ ਕੇ ਧਰਨਾ ਲਾ ਸਕਦੀ ਐ ਤੇ ਕੀ ਗੱਲ ਸਿਮਰਨਜੀਤ ਸਿੰਘ ਮਾਨ ਨੂੰ ਹਰਿ ਸਰਬੱਤ ਖਾਲਸਾ ਕਰਦਾ ਅਧਿਕਾਰ ਨਹੀਂ ਰੱਖਦੇ ਸਰਬੱਤ ਖਾਲਸਾ ਤੇ ਦਸਦੇ ਘੂੜੀਆਂ ਦੇ ਘੂੜੀਆਂ ਦੇ ਕਾਠੀਆਂ ਤੇ ਵੀ ਬੁਲਾਏ ਗਏ ਸਰਬੱਤ ਖਾਲਸਾ ਤੇ ਜੰਗਲ ਚ ਵੀ ਬੁਲਾਏ ਗਏ ਸਰਬੱਤ ਖਾਲਸਾ ਜੇ ਇਹੋ ਜਿਹਾ ਸੰਕਲਪ ਹੈ ਕਿ ਬੁਲਾ ਸਕਦੇ ਸਿੱਖ ਤੇ ਮੇਰੇ ਖਿਆਲ ਦੇ ਨਾਲ ਇਹਦਾ ਰਾਜਸੀ ਕਰਨਾ ਇਹ ਆਪ ਤੇ ਭਾਵੇਂ ਸਰਬੱਤ ਖਾਲਸੇ ਵਾਲੇ ਕਰੀ ਜਾਣ ਬਦਲ ਸਾਹਿਬ ਨੂੰ ਨਹੀਂ ਸੀ ਕਰਨਾ ਚਾਹੀਦਾ ਬਹੁਤ ਗਲਤ ਕੀਤਾ ਇਹਨਾਂ ਨੇ ਐਂ ਜਿਆਦਾ ਹਮਦਰਦੀ ਸਗੋ ਇਸ ਮਾਮਲੇ ਦੇ ਵਿੱਚ ਇਹਨਾਂ ਦੇ ਨਾਲ ਜਾਏਗੀ ਪਰ ਅੱਜ ਜੇ ਦੇਖੀਏ ਜਿਸ ਤਰੀਕੇ ਨਾਲ ਪੁਲਿਸ ਨੇ ਕੰਮ ਕੀਤਾ ਜਿਵੇਂ ਚੰਡੀਗੜ੍ਹੋਂ ਫੜੇ ਲੋਕਾਂ ਨੂੰ ਪੰਜਾਬ ਚੋਂ ਗ੍ਰਿਫਤਾਰ ਕੀਤੇ ਵਖਾ ਦਿੱਤਾ ਇੱਕ ਰੇਸ਼ਮ ਸਿੰਘ ਹੋਰੀ ਗਏ ਸਨ ਯੂ ਐਸ ਏ ਦੇ ਵਿੱਚੋਂ ਉਹਨਾਂ ਨੂੰ 에어ਪੋਰਟ ਤੇ ਫੜ ਲਿਆ ਗਿਆ ਉਹਨਾਂ ਦੀ ਦੇਖੋ ਗ੍ਰਿਫਤਾਰੀ ਦੇ ਪਿੱਛੇ ਕੀ ਕਾਰਨ ਦੱਸਿਆ ਗਿਆ ਅਖੇ ਜੀ ਪਿਛਲੇ ਸਾਲ ਸੰਗਤ ਜਿਹੜਾ ਹੋਇਆ ਸੀ ਸਰਬਤ ਖਾਲਸਾ ਉਹਦੀ ਸੰਗਤ ਦੇ ਵਿੱਚ ਸੀ ਹੁਣ ਸੰਗਤ ਦੇ ਵਿੱਚ ਤੇ ਹੁਣ 1.5 ਲੱਖ ਬੰਦਾ ਸੀ ਉੱਥੇ ਤੁਸੀਂ 1.5 ਲੱਖ ਤੇ ਐਫ ਆਈ ਆਰ ਦਰਜ ਕਰ ਲੋਗੇ ਬੜੇ ਅਜੀਬੋ ਗਰੀਬ ਤੇ ਬੜੇ ਬੇਦਲੀਲ ਜਿਹੇ ਇਹਨਾਂ ਦੇ ਤਰਕ ਆ ਸੋ ਇਹਨਾਂ ਤਰਕਾਂ ਦੇ ਵਿੱਚ ਇੱਕੋ ਚੀਜ਼ ਜਿਹੜੀ ਆ ਉਹ ਸਾਫ਼ ਨਿਕਲ ਕੇ ਆਉਂਦੀ ਕਿ ਇਸ ਸਮੇਂ ਅਸੀਂ ਕੇਂਦਰ ਨੂੰ ਹਿੰਦੀ ਜੰਦੇ ਇਹ ਪ੍ਰੈਸ ਨਾਲ ਹੀ ਕਰਦੇ ਆ ਉਹ ਕਰਦੇ ਉਹ ਕਰਦੇ ਆ ਸਾਡੀ ਇੱਥੋਂ ਦੀ ਜਿਹੜੀ ਸੂਬਾ ਸਰਕਾਰ ਆ ਉਹ ਵੀ ਤੇ ਉਸੇ ਦਮਨ ਨੂੰ ਫਲਾ ਰਹੀ ਹੈ ਨਾ ਜਿਹੜੀ ਧਿਰ ਉਹਨਾਂ ਦੇ ਅੱਗੇ ਉੱਠਦੀ ਹੈ ਚਾਹੇ ਰਾਜਸੀ ਹੈ ਚਾਹੇ ਧਾਰਮਿਕ ਹੈ ਉਹਨੂੰ ਕੁਚਲ ਦਿੰਦੇ ਆ ਇਹਨੂੰ ਆਪਾਂ ਕਹਿ ਸਕਦੇ ਆ ਕਿ ਜਿਹੜੇ ਲੋਕਾਂ ਨੇ ਐਮਰਜੈਂਸੀ ਦਾ ਕਦੇ ਵਿਰੋਧ ਕੀਤਾ ਸੀ ਚਾਹੇ ਭਾਜਪਾ ਤੇ ਚਾਹੇ ਕਾਲੀ ਅੱਜ ਕਿਸੇ ਨਾ ਕਿਸੇ ਰੂਪ ਉਹ ਐਮਰਜੈਂਸੀ ਨੂੰ ਸੁਰਜੀਤ ਹੀ ਕਰਦੇ ਲੱਗਦੇ ਆ ਹੂੰ ਜੀ 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 ਬਿਲਕੁਲ ਅ ਅਗੇ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਬ੍ਰਿਟਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਦਾ ਭਾਰਤੀ ਦੌਰਾ ਸ਼ੁਰੂ ਪਹਿਲੇ ਦਿਨ ਦੋ ਸਮਝਾਤੇ ਜੀ ਹਾਂ ਥੈਰੇਸਾ ਮੇ ਜਦੋਂ ਆਈ ਹੈ ਬ੍ਰਿਟਾਨੀਆ ਦੀ ਵੈਸੇ ਵੀ ਜਦੋਂ ਕੋਈ ਗਵਰਨਮੈਂਟ ਆਉਂਦੀ ਹੈ ਤੇ ਭਾਰਤ ਵਾਲੇ ਕੰਬ ਦੇ ਜ਼ਰੂਰ ਵੰਦੇ ਜ਼ਰੂਰ ਹੈ ਕਿ ਕੀ ਬਣੇਗਾ ਕਿਉਂਕਿ ਇਹ ਪਹਿਲਾਂ ਵੀ ਇਸੇ ਤਰ੍ਹਾਂ ਹੀ ਪੈਰ ਧਰਾਵਾ ਜੇ ਕਰਨਾ ਆਏ ਸਨ 17ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ ਮੁੜ ਕੇ ਵੇਖੋ ਕਿਹੜੇ ਹਿਸਾਬ ਨਾਲ ਗਏ ਸੀ ਤੇ ਇਹ ਬ੍ਰਿਟਨ ਵੀ ਪ੍ਰਧਾਨ ਮੰਤਰੀ ਆਈ ਹੈ ਥੈਰੇਸਾ ਮੇ ਇਹਦੇ ਆਉਣ ਤੋਂ ਪਹਿਲਾਂ ਇਹਦੀ ਜਿਹੜੀ ਉਥੋਂ ਦੀ ਵਿਰੋਧੀ ਪਾਰਟੀ ਹੈ ਲੇਬਰ ਪਾਰਟੀ ਉਹਨਾਂ ਨੇ ਬਲੂ ਸਟਾਰ ਵਾਲੀਆਂ ਜਿਹੜੀਆਂ ਫਾਈਲਾਂ ਦਾ ਮੁੱਦਾ ਵੀ ਚੁੱਕਿਆ ਸੀ ਪਰ ਉਹ ਮੁੱਦਾ ਵਿੱਚ ਦੱਬ ਗਿਆ ਕਿਸੇ ਸਿੱਖ ਜਥੇਬੰਦੀ ਨੇ ਵੀ ਕੋਈ ਨੋਟਿਸ ਨਹੀਂ ਕੀਤਾ ਉਹਦਾ ਬਹੁਤਾ ਇੱਥੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਹੋ ਜਿਹੀ ਕੋਈ ਮੰਗ ਉੱਠੀ ਨਹੀਂ ਵੇਖੀ ਅੱਜ ਇਹ ਪ੍ਰਧਾਨ ਮੰਤਰੀ ਪਹਿਲੇ ਦਿਨ ਜਿਹੜਾ ਤਿੰਨ ਰੋਜ਼ਾ ਦੌਰਾ ਸੀ ਪਹਿਲੇ ਦਿਨ ਜਦੋਂ ਨਰਿੰਦਰ ਮੋਦੀ ਨਾਲ ਮਿਲੀ ਹੈ ਤੇ ਇਹਨੇ ਐਲਾਨ ਕੀਤਾ ਇੱਕ ਤੇ ਜਿਹੜਾ ਬਹੁਤ ਮਹੱਤਵਪੂਰਨ ਉਹ ਇਹ ਹੈ ਕਿ ਅ ਬ੍ਰਿਟਨ ਜਿਹੜਾ ਬਰਤਾਨੀਆ ਜਿਹੜਾ ਉਹ ਭਾਰਤੀ ਨਾਗਰਿਕਾਂ ਲਈ ਰਜਿਸਟਰਡ ਟਰੈਵਲ ਸਕੀਮ ਹੈ ਜਿਹੜੀ ਉਹ ਪੇਸ਼ ਕਰੇਗਾ ਫਿਰ ਇਹਨਾਂ ਨੇ ਕਿਹਾ ਕਿ ਜਿਹੜੇ ਅਮੀਰ ਭਾਰਤੀ ਹੈ ਉਹਨਾਂ ਲਈ ਗ੍ਰੇਟ ਕਲੱਬ ਦੇ ਅਧੀਨ ਜਿਹੜੇ ਖਾਸ ਵਿਜੀ ਤੇ ਇਮੀਗ੍ਰੇਸ਼ਨ ਹੈ ਜਿਹੜੇ ਉਹ ਉਪਲਬਧ ਕਰਵਾਏ ਜਾਣਗੇ ਅਤਵਾਦ ਦੇ ਮੁੱਦੇ ਤੇ ਦੋਵਾਂ ਮਲੁਖਾਂ ਨੇ ਸਹਿਮਤੀ ਜਤਾਈ ਹੈ ਕਿ ਅਸੀਂ ਇਕੱਠੇ ਹੋ ਕੇ ਲੜਾਂਗੇ ਜਿਹੜਾ ਕਿ ਸਮੇ ਦੀ ਮੰਗ ਵੀ ਹੈ ਇਸ ਤੋਂ ਇਲਾਵਾ ਮੋਦੀ ਨੇ ਧੰਨਵਾਦ ਕੀਤਾ ਜਿਹੜਾ ਐਨਐਸਜੀ ਦੇ ਵਿੱਚ ਇਹਨਾਂ ਦਾ ਸਮਰਥਨ ਕੀਤਾ ਬ੍ਰਿਟੇਨ ਨੇ ਬਰਤਾਨੀਆਂ ਨੇ ਉਹਦੇ ਲਈ ਧੰਨਵਾਦ ਜਤਾਇਆ ਜਿੱਥੋਂ ਤੱਕ ਹੁਣ ਇਸ ਦੌਰੇ ਦਾ ਸਵਾਲਿਆ ਉਹ ਇਹ ਹੈ ਕਿ ਇਹ ਯੂਰੋਪੀਅਨ ਯੂਨੀਅਨ ਦੇ ਵਿੱਚੋਂ ਬਾਹਰ ਆ ਗਏ ਬਰਤਾਨੀਆਂ ਨੇ ਹਾਲਾਂਕਿ ਇਹ ਆਏ ਨਹੀਂ ਹਾਲੇ ਇਹਨਾਂ ਦਾ ਪ੍ਰੋਸੈਸ ਹੈ ਜਿਹੜਾ ਅਧੂਰਾ ਹੈ ਉਮੀਦ ਹੈ ਕਿ 2019 ਤੱਕ ਇਹ ਆਪਦਾ ਪ੍ਰੋਸੈਸ ਪੂਰਾ ਕਰਨਗੇ ਜੀ ਜਦ ਤੱਕ ਇਹ ਬਾਹਰ ਨਹੀਂ ਆਉਂਦੇ ਉਦੋਂ ਤੱਕ ਇਹ ਦਵੱਲਾ ਕੋਈ ਵੀ ਸਮਝੌਤਾ ਕਿਸੇ ਦੇਸ਼ ਦੇ ਨਾਲ ਨਹੀਂ ਕਰ ਸਕਦੇ ਹਾਂ ਇਹ ਜਿਹੜੇ ਕਹਿ ਸਕਦੇ ਆਪਾਂ ਕਿ ਪ੍ਰੀ ਸਮਝੌਤੇ ਜ਼ਰੂਰ ਆ ਪਰ ਦਵੱਲਾ ਸਮਝੌਤੇ ਨਹੀਂ ਕਰ ਸਕਦੇ ਜਦੋਂ ਤੱਕ ਪੂਰੀ ਤਰ੍ਹਾਂ ਉਥੋਂ ਐਗਜ਼ਿਟ ਨਹੀਂ ਹੋ ਜਾਂਦੇ ਯੂਰੋਪੀਅਨ ਯੂਨੀਅਨ ਦੇ ਵਿੱਚੋਂ ਪਰ ਇਹ ਨਾ ਹੋ ਜਾਣਾ ਕਉਕੀ ਅਨਦਰ ਰੈਫਰੰਡਮ ਹੈ ਜਿਹੜਾ ਹੁ ਤੈ ਹੈ ਜੇ ਕਿਉਂਕਿ ਉੱਥੋਂ ਦੇ ਹਾਈ ਕੋਰਟ ਨੇ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਇੱਕ ਵਾਰੀ ਸਸਦ ਦੇ ਵਿੱਚ ਦੁਬਾਰਾ ਫੈਸਲਾ ਕਰਾਓ ਪਰ ਉੱਥੇ ਬਹੁਮਤ ਜਿਹੜੀ ਹੈ ਉਹ ਐਗਜ਼ਿਟ ਦੇ ਹੱਕ ਦੇ ਵਿੱਚ ਹੈ ਉਹ ਕੋਈ ਸਮੱਸਿਆ ਨਹੀਂ ਪਰ ਅਗਲੀ ਸਮੱਸਿਆ ਜਿਹੜੀ ਉਹ ਬਰਤਾਨੀਆਂ ਲਈ ਇਹ ਹੈ ਕਿ ਅਸੀਂ ਆਪਣੇ ਵਪਾਰਕ ਖੇਤ ਜਿਹੜੇ ਉਹ ਕਿਵੇਂ ਅੱਗੇ ਪਰਫੁੱਲਤ ਕਰਨੇ ਆ ਤਾਂ ਇਸ ਸਮੇਂ ਸਾਰਿਆਂ ਨੂੰ ਲੱਗਦਾ ਹੈ ਕਿ ਭਾਰਤ ਇੱਕ ਬਹੁਤ ਖੂਬਸੂਰਤ ਮੰਡੀ ਹੈ ਬਰਤਾਨੀਆਂ ਕਿਉਂਕਿ ਇਸ ਦੇਸ਼ ਨੂੰ ਬਸਤੀ ਦੇ ਤੌਰ ਤੇ ਬਹੁਤ ਚਿਰ ਹੰਢਾ ਚੁੱਕਾ ਹੈ ਉਹਨੇ ਵੀ ਰੁਖ ਕੀਤਾ ਜਿੱਥੇ ਅਮਰੀਕਾ ਇੱਥੇ ਪੁੱਜੇ ਹੋ ਗਾ ਗਿਆ ਜਿੱਥੇ ਰੂਸ ਚੰਗੀ ਕਮਾਈ ਕਰਕੇ ਆ ਉਸ ਮੁਲਕ ਦੇ ਵਿੱਚ ਹੁਣ ਬਰਤਾਨੀਆ ਵੀ ਜਿਹੜਾ ਉਹ ਰਾਤ ਲਾਸ਼ਦਾ ਪਿਆ ਇਸ ਕਰਕੇ ਥੋੜੀਆਂ ਜੀਆਂ ਹੁਣ ਰਾਇਤਾਂ ਵੀ ਵਿਖਾਈਆਂ ਜਾ ਰਹੀਆਂ ਭਾਰਤੀਆਂ ਨੂੰ ਕਿ ਅਸੀਂ ਵੀਜ਼ਾ ਸ਼ਰਤਾਂ ਜਿਹੜੀ ਉਹ ਨਰਮ ਕਰਾਂਗੇ ਅਮੀਰਾਂ ਲਈ ਅਸੀਂ ਕਾਰੋਬਾਰੀਆਂ ਲਈ ਵੀਜ਼ੇ ਖਾਸ ਤੌਰ ਤੇ ਗਰੁੱਪ ਬਣਾ ਕੇ ਉਹ ਕੋਈ ਇੱਕ ਨਵੀਂ ਤਰ੍ਹਾਂ ਦੀ ਵੀਜ਼ਾ ਪ੍ਰਣਾਲੀ ਲਾਗੂ ਕਰਾਂਗੇ ਇਸ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਜਿਵੇਂ ਕਿ ਕਾਰੋਬਾਰ ਚਮਕਾਉਣ ਲਈ ਦੁਕਾਨਦਾਰ ਕਰਦੇ ਹੁੰਦੇ ਆ ਵਪਾਰੀ ਲੋਕ ਕਰਦੇ ਆ ਉਹ ਵੀ ਦੇ ਰਹੇ ਆ ਆਫਰਾਂ ਦੇ ਰਹੇ ਆ ਨਰਿੰਦਰ ਮੋਦੀ ਨੇ ਵਿਦਿਆਰਥੀਆਂ ਵਾਲਾ ਮੁੱਦਾ ਚੁੱਕਿਆ ਸੀਗਾ ਕਿ ਜਿਹੜੇ ਸਟੂਡੈਂਟ ਵੀ ਸੀਆ ਉਹਨਾਂ ਦੇ ਵਿੱਚ ਨਰਮਾਈ ਕਰੋ ਉਹਨਾਂ ਨੇ ਆਖਿਆ ਕਿ ਹਾਲ ਦੀ ਕੜੀ ਜਾਬਦੀ ਨਹੀਂ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਕਿਸੇ ਸਮੇਂ ਦੱਸਦੇ ਕਿ 61 ਹਜ਼ਾਰ ਸਟੂਡੈਂਟਸ ਸੀਗਾ ਬ੍ਰਿਟੇਨ ਦੇ ਵਿੱਚ ਬਰਤਾਨੀਆ ਦੇ ਵਿੱਚ ਜਿਹੜਾ ਘਟ ਕੇ 11 ਹਜ਼ਾਰ ਰਹਿ ਗਿਆ ਇਸ ਪਾਸੇ ਨਰਿੰਦਰ ਮੋਦੀ ਨੇ ਧਿਆਨ ਦਿਵਾਇਆ ਪਰ ਇਧਰ ਕੋਈ ਹਾਲੇ ਗੱਲ ਜਿਹੜੀ ਸਿਰੇ ਨਹੀਂ ਚੜੀ ਇਹਦੇ ਵਿੱਚ ਇਹ ਹੈ ਕਿ ਨਰਿੰਦਰ ਮੋਦੀ ਸਿਰੇ ਚੜਾ ਸਕਦਾ ਜਿਵੇਂ ਮੈਂ ਤੁਹਾਨੂੰ ਪਿੱਛੇ ਦੱਸ ਕੇ ਆ ਕਿ ਇਹਨਾਂ ਦੀ ਹੁਣ ਮਜਬੂਰੀ ਇਹ ਮੰਡੀ ਤਲਾਸ਼ਦੇ ਪਿਆ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਰਿੰਦਰ ਮੋਦੀ ਐ ਉਹ ਕਰਵਾ ਸਕਦਾ ਜੇ ਥੋੜਾ ਜਿਹਾ ਕੱੜਾ ਰਹੇ ਪਰ ਮੇਰੇ ਖਿਆਲ ਦੇ ਨਾਲ ਇਤੋਂ ਵੀ ਗਾਂ ਹੁਣ ਸੋਚਣ ਦਾ ਵੇਲਾ ਹੈ ਦੇਖੋ ਸਟੂਡੈਂਟਾਂ ਦੇ ਵੀਜ਼ਿਆਂ ਦੀ ਨਰਮਾਈ ਦੀ ਅਸੀਂ ਆਸਟ੍ਰੇਲੀਆ ਨੂੰ ਇੰਗਲੈਂਡ ਨੂੰ ਕੈਨੇਡਾ ਨੂੰ ਕਦੋਂ ਤੱਕ ਅਪੀਲ ਕਰਦੇ ਰਹਾਂਗੇ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਜੇ ਇੱਥੋਂ ਤੱਕ ਲੱਗਦਾ ਹੈ ਕਿ ਵਪਾਰੀ ਹੈ ਜਿਹੜੇ ਉਹ ਸਾਨੂੰ ਮੰਡੀ ਦੇ ਤੌਰ ਤੇ ਇਸਤੇਮਾਲ ਕਰਨੇ ਚਾਹੁੰਦੇ ਆ ਅਸੀਂ ਉਹਨਾਂ ਦੀ ਜ਼ਰੂਰਤ ਹੈ ਸਾਡੀ ਜ਼ਰੂਰਤ ਹੈ ਕਿ ਉਹਨਾਂ ਇਸ ਜ਼ਰੂਰਤ ਦਾ ਫਾਇਦਾ ਉਠਾਇਆ ਜਾਵੇ ਇਹ ਕਹਿੰਦੇ ਕਿ ਸਾਡੇ ਵੀ ਇੱਥੇ ਜਿਸ ਤਰ੍ਹਾਂ ਦੇ ਤੁਸੀਂ ਐਜੂਕੇਸ਼ਨ ਹੱਬ ਜਿਹੜੇ ਆ ਉਹ ਕ੍ਰੀਏਟ ਕੀਤੇ ਆ ਤਾਂ ਕਿਉਂ ਨਾ ਸਾਡੇ ਵੀ ਇੱਥੇ ਤੁਸੀਂ ਇਸ ਪਾਸੇ ਸਹਿਯੋਗ ਕਰੋ ਮੇਰੇ ਖਿਆਲ ਦੇ ਨਾਲ ਉਹ ਬेटर ਰਹੇਗਾ ਜੀ ਜੀ ਅਤੇ ਮਿੰਟੂ ਜੱਗੇ ਵਾਦਿਆਂ ਕਸ਼ਮੀਰੀ ਮੁੱਖ ਮੰਤਰੀ ਮੁਫਤੀ ਮਹਿਬੂਬਾ ਨੇ ਸਿੱਧੇ ਰੂਪ ਚ ਮੋਦੀ ਤੇ ਇਨਸਾਨਾਂ ਕਸ਼ਿਆ ਨਾ ਨਿਸ਼ਾਨਾ ਕੱਸਿਆ ਹੈ ਬੀਬੀ ਹੁਣ ਕਾਫੀ ਦਬਾ ਦੇ ਵਿੱਚ ਆ ਹਮ ਕਦੇ ਤੇ ਵੈਸੇ ਜੇ ਇਹਦਾ ਦੇਖਣਾ ਹੋਵੇ ਕਿਰਦਾਰ ਸਿਆਸੀ ਕਿਰਦਾਰ ਖਾਸ ਤੌਰ ਤੇ ਤੇ ਫਿਰ ਜਦੋਂ ਦਿੱਲੀ ਆਉਂਦੀ ਹੈ ਬੀਬੀ ਉਦੋਂ ਪੂਰੀ ਰਾਸ਼ਟਰ ਭਗਤੀ ਦੇ ਰੰਗ ਚ ਰੰਗੀ ਜਾਂਦੀ ਹੈ ਤੇ ਜਦੋਂ ਆ ਸਾਡਾ ਪਠਾਨਕੋਟ ਵਾਲਾ ਬਾਰਡਰ ਲੰਘ ਜਾਂਦੀ ਹੈ ਫਿਰ ਉਸ ਰੰਗ ਚ ਰੰਗੀ ਜਾਂਦੀ ਹੈ ਦੁਹਰਾ ਸਿਆਸੀ ਕਿਰਦਾਰੇ ਤੇ ਵੈਸੇ ਹਰ ਇੱਕ ਦਾ ਹੀ ਹੁੰਦਾ ਹੈ ਸਿਆਸਤਦਾਨ ਆਮ ਤੌਰ ਤੇ ਦੁਰੇ ਕਿਰਦਾਰ ਦੇ ਹੁੰਦੇ ਆ ਬੀਬੀ ਮੁਫਤੀ ਮਹਿਬੂਬਾ ਨੇ ਅੱਜ ਜਿਹੜਾ ਇੱਕ ਕਹਿ ਲਈਏ ਕਿ ਕੱਜ ਕੇ ਜੀ ਚੋਟ ਮਾਰੀ ਹੈ ਉਹ ਇਹ ਮਾਰੀ ਉਹਨੇ ਆਖਿਆ ਕਿ ਨਰਿੰਦਰ ਮੋਦੀ ਦੇ ਨਾਲੋਂ ਵਾਜਪਾਈ ਜਿਹੜਾ ਸੀ ਉਹ ਪ੍ਰਧਾਨ ਮੰਤਰੀ ਠੀਕ ਸੀ ਉਹਦੇ ਦੌਰ ਦੇ ਵਿੱਚ 2008 ਤੱਕ ਪਾਕਿਸਤਾਨ ਵੱਲੋਂ ਜੰਗਬੱਦੀ ਦੀ ਕੋਈ ਵੀ ਲੰਗੜਾ ਨਹੀਂ ਇਹਦਾ ਮਤਲਬ ਇਹ ਆ ਕਿ ਉਹਦੀ ਨਜ਼ਰ ਦੇ ਵਿੱਚ ਅੱਜ ਦੀ ਕੜੀ ਨਰਿੰਦਰ ਮੋਦੀ ਤੋਂ ਬੈਸਟ ਅਟਲ ਬਿਹਾਰੀ ਵਾਜਪਾਈ ਸੀ ਹੁਣ ਅੱਜ ਦੀ ਤਰੀਕ ਦੇ ਵਿੱਚ ਭਾਈਵਾਲ ਨਰਿੰਦਰ ਮੋਦੀ ਦੀ ਹੈ ਪਰ ਉਹ ਗੁਣਗਾਣ ਹੈ ਜਿਹੜਾ ਸਾਬਕਾ ਪ੍ਰਧਾਨ ਮੰਤਰੀ ਦਾ ਕਰੇ ਤਾਂ ਇਹਦਾ ਮਤਲਬ ਇਹ ਆ ਕਿਤੇ ਰੱਖੇ ਤੇ ਕਿਤੇ ਨਾ ਕਿਤੇ ਚਿਤਾ ਰਹੀ ਹੈ ਨਰਿੰਦਰ ਮੋਦੀ ਵੀ ਤਾਂ ਪੁਲਾ ਨਹੀਂ ਹੈ ਉਹ ਸਾਰੀਆਂ ਚੀਜ਼ਾਂ ਨੂੰ ਸਮਝਦਾ ਪਰ ਇਸ ਪਿੱਛੇ ਕਹਾਣੀ ਇਹ ਆ ਕਿ ਹੁਣ ਇਹਨਾਂ ਦੀ ਕਹਾਣੀ ਹੈ ਜਿਹੜੀ ਉਹ ਵਿਗੜੇਗੀ ਵਿਗੜੇਗੀ ਇਉਂ ਕਿ ਬੁਰਹਾਨਵਾਲੀ ਦੀ ਮੌਤ ਤੋਂ ਬਾਅਦ ਜੋ ਸਿਲਸਿਲਾ ਚੱਲਿਆ ਉੱਥੇ ਸਾਡੀਆਂ ਸਕਿਉਰਿਟੀ ਫੋਰਸਾਂ ਨੇ ਵੀ ਦਮਨ ਬਹੁਤ ਵੱਡੇ ਪੱਧਰ ਤੇ ਕੀਤਾ ਉੱਥੋਂ ਦੇ ਲੋਕਾਂ ਨੇ ਵੀ ਅਗੋ ਜੋ ਬੱਸ ਚੱਲਦਾ ਸੀ ਚਲਾਇਆ ਉਸ ਟਕਰਾਅ ਦੇ ਵਿੱਚ ਹੁਣ ਤੱਕ 12000 ਵਿਅਕਤੀ ਹੈ ਜਿਹੜਾ ਜ਼ਖਮੀ ਹੋ ਚੁੱਕਾ ਹੈ ਤੇ ਹਜ਼ਾਰਾਂ ਕਰੋੜ ਦਾ ਆਰਥਿਕ ਨੁਕਸਾਨ ਹੈ ਜਿਹੜਾ ਉਹ ਕਟਿੰ ਨੂੰ ਚੱਲ ਰਹਾ ਪਿਆ ਤੀਜੀ ਗੱਲ ਕਿ 100 100 ਦੇ ਕਰੀਬ ਜਾਨਾ ਜਿਹੜੀਆਂ ਉਹ ਏਸ ਟਕਰਾਅ ਦੇ ਵਿੱਚ ਜਾ ਚੁੱਕੀਆਂ ਹੁਣ ਤੱਕ ਇਸ ਮਾਮਲੇ ਤੇ ਲੈ ਕੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਪੀਡੀਪੀ ਤੇ ਭਾਜਪਾ ਦੀ ਜਿਹੜੀ ਭਾਈਵਾਲ ਸਰਕਾਰ ਆ ਉਹ ਫੇਲ ਹੋਈ ਐ। ਫੇਰ ਇੰਉਂ ਹੋਈ ਐ ਕਿ ਇੱਕ ਸੂਬੇ ਦੇ ਵਿੱਚ ਇੰਨੇ ਗੁੰਝਲਦਾਰ ਹਾਲਾਤ ਬਣ ਜਾਣ ਤੇ ਇਨਾ ਲੰਮਾ ਸਮਾਂ ਉਹਨਾਂ ਨੂੰ ਨਜਿੱਠਣ ਲਈ ਲੱਗ ਜਾਵੇ ਤਾਂ ਉਹ ਸਰਕਾਰ ਦੀ ਬਹੁਤ ਵੱਡੀ ਫੇਲੀਅਰ ਐ। ਇਹਨਾਂ ਨੇ ਦੋ ਵਾਰੀ ਕੇਂਦਰ ਚੋਂ ਵਫਦ ਵੀ ਭੇਜਿਆ, ਇੱਕ ਵਾਰੀ ਯਸ਼ਵੰਤ ਸੈਨਾ ਭੇਜਿਆ, ਇੱਕ ਵਾਰੀ ਪਾਰਲੀਮੈਂਟਰੀ ਕਮੇਟੀ ਭੇਜੀ। ਵੱਖ-ਵੱਖੀਆਂ ਨੇ ਉਹਨਾਂ ਨੂੰ ਕੋਈ ਬਹੁਤਾ ਡਾ ਨਹੀਂ ਦਿੱਤਾ, ਬਹੁਤਾ ਘਾ ਨਹੀਂ ਪਾਇਆ। ਹੁਣ ਜਿਹੜੀ ਉਥੇ ਸਿਚੁਏਸ਼ਨ ਬਣਦੀ ਪਈ ਆ ਉਹ ਇਹ ਬਣਦੀ ਪਈ ਆ ਕਿ ਮੁਫਤੀ ਮਹਿਬੂਬਾ ਜਿਹੜੀ ਬੀਬੀ ਮੁੱਖ ਮੰਤਰੀ ਹੈ ਉਹਦੀ ਪਾਰਟੀ ਵਾਲੇ ਵੀ ਚਾਹੁੰਦੇ ਆ ਕਿ ਬੀਬੀ ਇਹਦੇ ਨਾਲੋਂ ਚੰਗਾ ਹੈ ਕਿ ਹੁਣ ਆਪਾਂ ਜਿੰਨੀ ਨਿਭਗੀ ਨਿਭਗੀ ਸਾਨੂੰ ਦਿਓ ਛੁੱਟੀਆਂ ਹੁਣ ਉਹ ਆ ਕੇ ਤੇ ਆਪਾਂ ਲੰਬੇ ਹੋ ਜਾਈਏ ਇਹਨਾਂ ਦਾ ਇੱਕ ਮੈਂਬਰ ਹੈ ਆਬਦਾਨ ਸਭਾ ਦਾ ਮੁਜ਼ਫਰ ਹੁਸੈਨ ਬੀਗ ਉਹਨੇ ਪਿਛਲੇ ਮਹੀਨੇ ਬਹੁਤ ਕਰਾਰੀ ਝੂਟ ਕੀਤੀ ਸੀ ਉਹਨੇ ਆਖਿਆ ਕਿ 6 ਮਹੀਨੇ ਬੀਬੀ ਹੋਰ ਵੇਖ ਲਾ ਵਦ ਤਦ ਜੇ ਨਹੀਂ ਸੰਭਲਦਾ ਤੇ ਚੁੱਪ ਕਰਕੇ ਬਾਹਰ ਆ ਜਾ ਤਮਾਸ਼ਾ ਨਾ ਕਰ ਹੂੰ ਕਿਉਂਕਿ ਤਮਾਸ਼ਾ ਇਸ ਕਰਕੇ ਆ ਕਿਉਂਕਿ ਜੇ ਇਹ ਸਰਕਾਰ ਅਗੇ ਤੋਰਦੇ ਆ ਜਿਹੜੀ ਹਮਦਰਦੀ ਹੈ ਜਿਹੜੀ ਇਹਨਾਂ ਦੇ ਨਾਲ ਬਣਦੀ ਹੈ ਮੁਸਲਮ ਭਾਈਚਾਰੇ ਦੀ ਜਿਹੜੀ ਵੋਟ ਆ ਉਹ ਖਿਸਕਦੀ ਜਾਏਗੀ ਫਿਰ ਖਿਸਕਦੀ ਜਾਏਗੀ ਖੀਰੀ ਵੋਟ ਤੇ ਆ ਕੇ ਕਸ਼ਮੀਰੀਆਂ ਕੋਲ ਮੰਗਣੀ ਇਸ ਬੀਬੀ ਨੇ ਔਰ ਬੀਬੀ ਦੇ ਨਾਲ ਦਿਆਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਚੇਤਾ ਹੈ ਕਿ ਦਿੱਲੀ ਦੇ ਵਿੱਚ ਅਸੀਂ ਜੋ ਮਰਜ਼ੀ ਕਰਾਈਏ ਆਉਣਾ ਤੇ ਭੌਂਕੇ ਅਸੀਂ ਕਸ਼ਮੀਰ ਦੇ ਵਿੱਚ ਸਰਨਾ ਤਾਂ ਸਾਡਾ ਕਸ਼ਮੀਰੀ ਵੋਟ ਨਾਲ ਤੇ ਜੇ ਅਸੀਂ ਇਸ ਤਰ੍ਹਾਂ ਚੱਲਾਂਗੇ ਤੇ ਸਾਡੀ ਜਿਹੜੀ ਕਸ਼ਮੀਰੀ ਵੋਟ ਖੁਰਦੀ ਜਾਏਗੀ ਇਹਦਾ ਕਾਰਨ ਇੱਕ ਹੋਰ ਵੀ ਹੈ ਆ ਪਿਛਲੇ ਮਹੀਨੇ ਕਸ਼ਮੀਰ ਯੂਨੀਵਰਸਿਟੀ ਦੇ ਵਿੱਚ 12 ਅਧਿਕਾਰੀਆਂ ਦੇ ਖਿਲਾਫ ਦੇਸ਼ ਧਰੋਹ ਦਾ ਮਕਦਮਾ ਦਰਜ ਕਰ ਦਿੱਤਾ ਗਿਆ ਹੁਣ ਚਾਹੇ ਉਹ ਵੱਖਵਾਦੀ ਸੰਨ ਚਾਹੇ ਨਹੀਂ ਜੇ ਨਜਾਇਜ਼ ਹੋਇਆ ਤਾਂ ਵੀ ਇਹਨਾਂ ਤੇ ਬਹੁਤ ਵੱਡਾ ਦਬਾਅ ਹੈ ਚਾਹੇ ਉਹ ਵੱਖਵਾਦੀ ਵਿਚਾਰਧਾਰਾ ਦੇ ਪੰਡੀ ਹੁਣ ਵੀ ਅਮੀਨ ਇਹਨਾਂ ਤੇ ਕਿਉਂਕਿ ਵਿਚਾਰਧਾਰਤਾ ਜਿਹੜੀ ਵੱਖਵਾਦੀਆਂ ਦੀ ਉਹ ਕਿਤੇ ਨਾ ਕਿਤੇ ਪੀਡੀਪ ਨਾਲ ਜਾ ਕੇ ਮੇਲ ਖਾਂਦੀ ਹੈ ਸੋ ਉਹ ਦੋਹੇ ਪਾਸੇ ਇਹਨਾਂ ਤੇ ਦਬਾਇਆ ਉਸੇ ਦਬਾਵਾ ਦਾ ਸਿੱਟਾ ਹੈ ਕਿ ਹੁਣ ਬੀਬੀ ਜਿਹੜੀ ਉਹ ਕਹਿੰਦੀ ਹੈ ਕਿ ਮੋਦੀ ਦੇ ਨਾਲੋਂ ਅਟਲ ਬਿਹਾਰੀ ਵਾਜਪਈ ਜਿਹੜਾ ਉਹ ਠੀਕ ਸੀ ਅਟਲ ਬਿਹਾਰੀ ਵਾਜਪਈ ਠੀਕ ਸੀ ਚਲੋ ਚੰਗੀ ਗੱਲ ਆ ਪਰ ਅਟਲ ਬਿਹਾਰੀ ਵਾਜਪਈ ਦਾ ਜਿਹੜਾ ਉਹ ਰਾਜ ਦੱਸਣ ਲਈ ਸ਼ਾਇਦ ਉਹ ਕਿਤੇ ਗਲਤੀ ਕਰਦੀ ਪਈ ਹੈ ਕਿ 2008 ਤੱਕ ਤੇ ਉਦੋਂ ਤੱਕ ਜਿਹੜਾ ਮਨਮੋਹਨ ਸਿੰਘ ਸੀ ਉਹ 4 ਸਾਲ ਰਾਜ ਕਰ ਚੁੱਕਾ ਸੀ 2004 ਤੋਂ 8 ਤੱਕ ਜੇ ਫਿਰ ਉਸ ਸਮੇਂ ਤੱਕ ਸੀਜ਼ਫਾਇਰ ਦੀ ਕੋਈ ਉਲੰਘਣਾ ਨਹੀਂ ਹੋਈ ਤੇ ਉਹਦੀ ਸ਼ਾਬਾਸ਼ੀ ਫਿਰ ਸਰਦਾਰ ਸਾਹਿਬ ਨੂੰ ਵੀ ਦੇਣੀ ਬਣਦੀ ਟੱਲ ਬਿਹਾਰੀਵਾਜਪਈ ਤੇ 4000 ਚ ਛੁੱਟੀ ਕਰ ਗਿਆ 2004 ਚ ਛੁੱਟੀ ਕਰ ਗਿਆ ਸੀ ਉਸ ਤੋਂ ਬਾਅਦ ਤੇ ਫਿਰ ਮਨਮੋਹਨ ਸਿੰਘ ਸੀ ਸੀਟ ਤੇ ਉਹਨੂੰ ਵੀ ਥੋੜਾ ਜਿਹਾ ਸਲਾਮ ਠੋਕ ਦੇਣਾ ਕਿਉਂਕਿ ਜੇ ਉਹਦੇ ਰਾਜ ਦੇ ਵਿੱਚ ਇਹ ਸੀਜ਼ ਫਰ ਰਿਹਾ ਤੇ ਜੇ ਗੱਲ ਵਾਜਪਈ ਸਾਹਿਬ ਦੀ ਕਰੀਏ ਤੇ ਵਾਜਪਈ ਸਾਹਿਬ ਇਸ ਮਸਲੇ ਤੇ ਕਿਹੋ ਜਿਹਾ ਸਟੈਂਡ ਰੱਖਦੇ ਸਨ ਉਹਦੀ ਇੱਕ ਮਿਸਾਲ ਹੈਗੀ ਆ ਜੀ ਮਿਸਾਲ ਇਹ ਕਿ ਜਦੋਂ ਸੰਸਦ ਦੇ ਵਿੱਚ ਹਮਲਾ ਹੋਇਆ ਸੀ ਤੇ ਇਹ ਕਸ਼ਮੀਰ ਦੇ ਵਿੱਚ ਜਾ ਕੇ ਬੋਲੇ ਸਨ ਕਿ ਜਦ बादल गरजता है जब बिजलियां चमकती हैं तो कुछ ना कुछ होता है होना अगले दिन करो। आप चुप करके बहजो फिर पत्रकार ने पूछा जी कल ते कहते हो बदल गर्जते बिजलियां चमकती है। कुछ ना कुछ होंगे तो टल बहारी वाजपे बोलिया कभी कभी बादल गरजते हैं बिजलियां चमकती है ਪਰ ਕੁਝ ਵੀ ਨਹੀਂ ਹੁੰਦਾ ਸੋ ਉਹ ਬਾਜਪਈ ਸਾਹਿਬ ਇਹ ਪਾਕਿਸਤਾਨ ਦੇ ਸਬੰਧਾਂ ਦੇ ਵਿੱਚ ਸਾਨੂੰ ਪਤਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮੂੰਹ ਦਿਖਾਦੀ ਸੀ ਚਾਹੇ ਉਹ ਪ੍ਰਵੇਸ਼ ਮਸ਼ਰਫ ਦੀ ਗੱਲਬਾਤ ਹੋਵੇ ਚਾਹੇ ਜਿਹੜਾ ਸੰਸਦ ਤੇ ਹਮਲਾ ਹੋਇਆ ਕਾਰਗਿਲ ਜੰਗ ਬਹੁਤ ਸਾਰੇ ਲੋਕ ਅਧਿਆਏ ਆ ਜਿਹੜੇ ਇਸ ਦਾਅਵੇ ਤੇ ਕਿਤੇ ਨਾ ਕਿਤੇ ਸ਼ੰਕਾ ਖੜਾ ਕਰਦੇ ਆ ਜੋ ਇਹ ਦਾਵਾ ਕੀਤਾ ਜਾ ਰਿਹਾ ਕਿ ਮੋਦੀ ਦੇ ਨਾਲ ਉਹ ਵਾਜਪਈ ਹੈ ਜਿਹੜਾ ਉਹ ਚੰਗਾ ਸੀ ਇਹ ਦੋਨਾਂ ਰਾਜਾਂ ਦੇ ਵਿੱਚ ਦੇਖ ਸਕਦੇ ਆ ਕਿ ਕੁਰਖਤ ਜਿਹੜੀ ਹੈ ਗੁਰਤਨ ਹੈ ਜਿਹੜੀ ਭਾਰਤ ਪਾਕਿਸਤਾਨ ਦੇ ਸਬੰਧ ਵਿੱਚ ਉਹ ਕਿਤੇ ਜਾਂਦੀ ਹੈ ਜੀ 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 ਮਿੱਟੂ ਜੀ ਅਗਲੀ ਗੱਲ ਕਰਦੇ ਆ ਮੁੱਖ ਮੰਤਰੀ ਤੇ ਅੰਧਵਿਸ਼ਵਾਸ ਦੀ ਭੇਡ ਚੜਨ ਜਾ ਰਹੀ ਹੈ ਸਰਕਾਰੀ ਇਮਾਰਤ ਇਹ ਤੇਲੰਗਾਨਾ ਦੀ ਘਟਨਾ ਹੈ ਤਲੰਗਾਨਾ ਨਵ ਨਵ ਸੁਭਾ ਬਣਿਆ ਹੈਦਰਾਬਾਦ ਦੇ ਵਿੱਚ ਬਹੁਤ ਸਮਾਂ ਪਹਿਲਾਂ ਮੇਰੇ ਖਿਆਲ ਦੇ ਨਾਲ 1888 ਦੇ ਵਿੱਚ ਨਾ ਇਸ ਸੈਫਾਬਾਦ ਦਾ ਪੈਲੈਸ ਬਣਾਇਆ ਸੀ ਉਦੋਂ ਉੱਥੇ ਸ਼ੇਵਾ ਨਿਜ਼ਾਮ ਹੁੰਦਾ ਸੀਗਾ ਮਹਿਬੂਬ ਅਲੀ ਪਾਸ਼ਾ ਹੂੰ ਉਹਨੇ ਬਹੁਤ ਵਧੀਆ ਇਹ ਸੈਫਾਬਾਦ ਜਿਹੜਾ ਮਹਿਲ ਬਣਾਇਆ ਸੀਗਾ ਫਿਰ ਬਾਅਦ ਦੇ ਵਿੱਚ ਉਹਨੇ ਇਸ ਮਹਿਲ ਨੂੰ ਬੰਦ ਕਰ ਦਿੱਤਾ ਸੀ ਕਿਉਂਕਿ ਦੋ ਜਣੇ ਉਸੇ ਮਹਿਲ ਦੇ ਕਰਮਚਾਰੀ ਕਹਿ ਲੋ ਜਾਂ ਮੁਲਾਜ਼ਮ ਕਹਿ ਲੋ ਉਹ ਨਹੀਂ ਚਾਹੁੰਦੇ ਕਿ ਇਹ ਆ ਕੇ ਇੱਥੇ ਨਿਵਾਸ ਕਰੇ ਉਹਨਾਂ ਨੇ ਕੋਈ ਝੂਠਾ ਮੂਠਾ ਜਿਹੜਾ ਅੰਧਵਿਸ਼ਵਾਸੀ ਉਹਨੂੰ ਨਿਜ਼ਾਮ ਨੂੰ ਦਿਖਾ ਦਿੱਤਾ ਤੇ ਉਹ ਨਿਜ਼ਾਮ ਵੀ ਉਹ ਹੋ ਗਿਆ ਸੀ ਉਹਨੇ ਆਖਿਆ ਬੰਦ ਕਰੋ ਪਰ ਮੈਂ ਨਹੀਂ ਇੱਥੇ ਰਹਿਣਾ ਹੂੰ ਉਹ 1940 ਦੇ ਵਿੱਚ ਫਿਰ ਉਹਨੂੰ ਕਹਿ ਲਿਆ ਕਿ ਸਰਕਾਰ Dari. ਵਰਾਸਤ ਦੀ ਤੌਰ ਤੇ ਐਲਾਨ ਦਿੱਤਾ ਗਿਆ ਉਹਨੂੰ ਸਰਕਾਰੀ ਇਮਾਰਤ ਐਲਾਨ ਐਲਾਨ ਦਿੱਤਾ ਉਹਨੂੰ ਸਰਕਾਰੀ ਇਮਾਰਤ ਦਾ ਰੂਪ ਦੇ ਦਿੱਤਾ ਗਿਆ ਫਿਰ ਬਾਅਦ ਦੇ ਵਿੱਚ ਜਦੋਂ ਸੂਬੇ ਬਣਿਆ ਆਂਧਰਾ ਪ੍ਰਦੇਸ਼ ਆਜ਼ਾਦੀ ਤੋਂ ਬਾਅਦ ਫਿਰ ਇਹਦਾ ਇਥੇ ਸਕਤਰੇਤ ਬਣ ਗਿਆ ਹੁਣ ਵੀ ਬਹੁਤ ਸਾਰਾ ਹਿੱਸਾ ਜਿਹੜਾ ਉਸ ਸੈਫਾਬਾਦ ਪੈਲਸ ਦਾ ਉਸ ਸਕਤਰਤ ਦੇ ਕਮਰਿਆਂ ਦੇ ਵਜੋਂ ਕਮ ਲਿਆ ਜਾਂਦਾ ਹੁਣ ਜਿਹੜਾ ਉਥੋਂ ਦਾ ਮੁੱਖ ਮੰਤਰੀ ਤੇ ਤਲੰਗਾਨਾ ਦਾ ਚੰਦਰਸ਼ੇਖਰ ਰਾਓ ਦਾ ਨਾਂ ਆ ਉਹਨੂੰ ਹੁਣ ਪਤਾ ਨਹੀਂ ਕਿਹੜੇ ਜੋਤਸ਼ੀ ਨੇ ਦੱਸ ਪਾ ਦਿੱਤੀ ਹੈ ਉਹ ਕਹਿੰਦਾ ਕਿ ਇਹ ਤਾਂ ਜਿਹੜਾ ਸੈਫਾਬਾਦ ਪੈਲੇਸ ਆ ਮਨਹੂਸ ਆ ਜਿਹੜਾ ਵੀ ਇੱਥੇ ਰਹਿੰਦਾ ਉਦੀ ਤਰੱਕੀ ਨਹੀਂ ਹੁੰਦੀ ਹੁਣ ਉਸ ਵਹਿਮ ਦਾ ਵਹਿਮ ਦਾ ਕਿਤੇ ਇਲਾਜ ਨਹੀਂ ਹੈ ਇਸ ਕਰਕੇ ਉਹਨੇ ਇਹ ਫੈਸਲਾ ਕੀਤਾ ਕਿ ਇਸ ਇਮਾਰਤ ਨੂੰ ਤੋੜਿਆ ਜਾਏਗਾ ਤੇ ਇਹਦੇ ਥਾਂ ਤੇ ਇੱਕ ਨਵਾਂ ਜਿਹੜਾ ਸਕਤਰਿਤ ਇਸ ਤਰ੍ਹਾਂ ਦਾ ਉਤਿਆਰ ਕੀਤਾ ਜਾਏਗਾ ਉਹਦੇ ਤੇ 3 ਅਰਬ 47 ਕਰੋੜ ਦੀ ਜਿਹੜੀ ਲਗਤ ਆਏਗੀ ਹਾਲਾਂਕਿ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੇ ਮੁੱਦਾ ਚੁੱਕਿਆ ਮਸਲਾ ਜਿਹੜਾ ਹਾਈ ਕੋਰਟ 'ਚ ਵੀ ਚੱਲ ਗਿਆ ਪਰ ਜਿਹੜਾ ਮੁੱਖ ਮੰਤਰੀ ਆ ਉਹ ਜਿੱਦੀ ਹੈ ਜਿੱਦੀ ਕਹਾਦਾ ਜ਼ਾਹਿਰ ਕਿਸਮ ਦਾ ਆ ਆ ਕਹ ਲਈਏ ਜਿਵੇਂ ਸਾਡੇ ਇੱਥੇ ਬਹੁਤ ਵੱਡੀ ਇੱਕ ਵਿਰਾਸਤ ਆ ਅਸੀਂ ਕਹਿ ਦਿੰਨੇ ਕਿ ਫਲਾਣਾ ਤੁਗਲਕ ਆ ਤੇ ਤੁਗਲਕ ਦੀ ਜਿਹੜੀ ਅਸ਼ਵਮਸ਼ਤਰੀ ਆਉਂਦੀ ਹੈ ਗਾਂ ਦੀ ਗਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹੋ ਜੇ ਮੁੱਖ ਮੰਤਰੀ ਜਿਹੜੇ ਕਿਸੇ ਨਾ ਕਿਸੇ ਰੂਪ ਚ ਪ੍ਰਗਟ ਹੋ ਜਾਂਦੇ ਆ ਕਿਸੇ ਨਾ ਕਿਸੇ ਰੂਪ ਚ ਹੋਰ ਰਾਜਨੀਤਾ ਪ੍ਰਗਟ ਹੋ ਜਾਂਦੇ ਜਿਹੜੀ ਇਹੋ ਜੀਆਂ ਬੇਵਕੂਫੀਆਂ ਕਰਦੇ ਆ ਹੁਣ ਇਹਨੇ ਐਲਾਨ ਕਰ ਦਿੱਤਾ ਕਿ ਤਾਂ ਇਮਾਰਤ ਹੈ ਜਿਹੜੀ ਟੈਗ ਹੀ ਟੈਗ ਹੀ ਤੇ ਇਹਦੇ ਥਾਂ ਤੇ ਨਵੀਂ ਇਮਾਰਤ ਜਿਹੜੀ ਉਹ ਤਾਮੀਰ ਹੋਏਗੀ ਹੋਏ ਵਿਰੋਧੀ ਪਾਰਟੀਆਂ ਰੌਲਾ ਪਾਈ ਜਾਂਦੀ ਹੈ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਆ ਪਰ ਉਹ ਅੜਿਆ ਉਹ ਕਹਿੰਦਾ ਜੀ ਤਰੱਕੀ ਨਹੀਂ ਹੁੰਦੀ ਜਿਹੜਾ ਇਹਦੇ ਚ ਆ ਜਾਂਦਾ ਐ ਐਸੇ ਕਰਕੇ ਅੰਧਵਿਸ਼ਵਾਸ ਦਾ ਮਾਰਿਆ ਉਹ ਜਿਹੜਾ ਮੁੱਖ ਮੰਤਰੀ ਐ ਉਹ ਉੱਥੇ ਬਹਿ ਕੇ ਕਦੇ ਨਹੀਂ ਕਰਦਾ ਉੱਥੋਂ 60 ਕਿਲੋਮੀਟਰ ਦੂਰ ਉਹਦੀ ਰਹਿਸ਼ ਹੈ ਉਹ ਜੇ ਕੈਬਨਿਟ ਦੀ ਮੀਟਿੰਗ ਸਦਨੀ ਹੁੰਦੀ ਕਿਤੇ ਮਜਬੂਰੀ ਚ ਉਹ ਉੱਥੇ ਸੱਦਾ ਹੈ ਉੱਥੇ ਬਹਿ ਕੇ ਉਹ ਮੰਤਰੀਆਂ ਦੇ ਨਾਲ ਵਿਚਾਰ ਚਰਚਾ ਵੀ ਨਹੀਂ ਕਰਦਾ ਇਹੋ ਜਿਹਾ ਕਿਸੇ ਸਾਡੇ ਸਾਹਮਣੇ ਅਨੇਕਾਂ ਨੇ ਭਾਰਤੀ ਰਾਜਨੀਤੀ ਦੇ ਵਿੱਚ ਇੱਕ ਕਿੱਸਾ ਤੁਸੀਂ ਥੋੜਾ ਸਮਾਂ ਪਹਿਲਾਂ ਹੀ ਸੁਣਿਆ ਹੋਣਾ ਸਿੱਧਾਰਮਈਆ ਮੁੱਖ ਮੰਤਰੀ ਹੈ ਕਰਨਾਟਕ ਦਾ ਉਹ ਕਿਤੇ ਨਿਕਲ ਲੱਗਾ ਤੇ ਉਹਦੀ ਕਾਰ ਤੇ ਕੰਮ ਬਹਿ ਗਿਆ ਉਹਨੇ ਆਪਣੇ ਸੁਰੱਖਿਆ ਗਾਰਡ ਨੂੰ ਆਖਿਆ ਕਿ ਕਾਂੜਾ ਗਿਆ ਉਹ ਕਾਂ ਉਡਾਵੇ ਕਾਂ ਵੀ ਉਹੋ ਜਿਹਾ ਸੀ ਜਿੱਦੀ ਕਿਸਮ ਦਾ ਉਥੋਂ ਉੱਡੇ ਬੌਲਣੜ ਤੋਂ ਉੱਡੇ ਤੇ ਛੱਤ ਤੇ ਛੱਤ ਤੋਂ ਉੱਡੇ ਪਿਛਲੇ ਪਾਸੇ ਉਹ ਘੇਰੇ ਘੇਰੇ ਸੁਰੱਖਿਆ ਕਰਮੀ ਉਹਨੇ ਆਖਿਆ ਖੜ ਜਾ ਤੂੰ ਇੱਕ ਮਿੰਟ ਖੜਾ ਮੈਂ ਆਪਣੇ ਜੋਤਸ਼ੀ ਨੂੰ ਫੋਨ ਲਾਉਣਾ ਉਹ ਜਿਹੜਾ ਉਹਦਾ ਜੋਤਸ਼ੀ ਬਾਬਾ ਸੀ ਪਤਾ ਨਹੀਂ ਜੋਤਸ਼ੀ ਸੀ ਕਿ ਵਾਸਤੂ ਸ਼ਾਸਤਰ ਵਾਲਾ ਸੀ ਆ ਪਤਾ ਨਹੀਂ ਜਾ ਉਹ ਜਿਹੜੇ ਫੀਸਾ ਲੈ ਕੇ ਨਿਰਮਲ ਸ਼ਰਮਣ ਲਰਗੇ ਉਹਦਾ ਕੋਈ ਚੇਲਾ ਸੀ ਉਹਨੇ ਫੋਨ ਕੀਤਾ ਤੇ ਉਹਨੇ ਆਖਿਆ ਕਿ ਇੱਕ ਕਾਂ ਨਹੀਂ ਇੱਕ ਕਾਲ ਆ ਤੇਰਾ ਐਕਸੀਡੈਂਟ ਹੋ ਸਕਦਾ ਸੀ ਤੇਰਾ ਬਹੁਤ ਵੱਡਾ ਤਲ ਗਿਆ ਤੂੰ ਇਤਰਾ ਕਰਕੇ ਇੱਕ ਕਾਰ ਜਿਹੜੀ ਇੱਥੇ ਛੱਡ ਦੇ ਦੱਸ ਦੇ ਕਿ ਸਿੱਧਾ ਰਮਈਆ ਨੇ ਉਹ ਕਾਰ ਉੱਥੇ ਹੀ ਛੱਡ ਦਿੱਤੀ ਤੇ ਸਿੱਧੀ ਨਵੀਂ ਕਾਰ ਹੋਰ ਮਗਾਈ ਉਹਦੇ 'ਚ ਸਵਾਰ ਹੋ ਕੇ ਚਲਾ ਗਿਆ ਹੁਣ ਨਵੀਂ ਕਾਰ ਦੇਖੋ ਘੱਟੋ-ਘੱਟ ਮੁੱਖ ਮੰਤਰੀ ਨੇ ਜੇ ਲਈ ਹੋਗੀ 10-20 ਲੱਖ ਦੀ ਤੇ ਮਗਾਈ ਹੋ ਉਹ ਕਾਰ ਨਵੀਂ ਮਗਾ ਕੇ ਫੇਰ ਸਿੱਧਾ ਰਮਈਆ ਜਿਹੜਾ ਉਹ ਆਪਣੇ ਰਸਤੇ ਪਿਆ ਇਹੋ ਜਿਹੇ ਆ ਇਹ ਬੇਵਕੂਫੀਆਂ ਕਰਦੇ ਆ ਕਰਦੇ ਇਸ ਲਈ ਕਿਉਂਕਿ ਇਹਨਾਂ ਦੇ ਕਿਹੜਾ ਝੋਲੇ 'ਚੋਂ ਜਾਣੇ ਆ ਜਾਣੇ ਤੇ ਜਨਤਾ ਦੀ ਜੇਬ 'ਚੋਂ ਪਰ ਇਸ ਤਰ੍ਹਾਂ ਦੇ ਅੰਧਵਿਸ਼ਵਾਸੀ ਲੋਕੇ ਜਿਹੜੇ ਉਹ ਅੱਗੇ ਲੋਕਾਂ 'ਚ ਕਿਸ ਤਰ੍ਹਾਂ ਦੀ ਚੇਤਨਤਾ ਪੈਦਾ ਕਰਦੇ ਹੋ ਤੁਸੀਂ ਆਪ ਦੇਖੀ ਤੇ ਹਾਂ ਜੀ ਜੀ ਬਿਲਕੁਲ ਅਤੇ ਅੱਗੇ ਜੇ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਲਾਪਤਾ ਹੋਏ ਵਿਦਿਆਰਥੀ ਨਜੀਬ ਦੀ ਮਾਂ ਤੇ ਭੈਣਾਂ ਰਾਸ਼ਟਰਪਤੀ ਕੋਲ ਪਹੁੰਚੀਆਂ ਦੇਖੋ ਇਸ ਮਾਮਲੇ ਦੇ ਵਿੱਚ ਇਸ ਮਾਂ ਬੇਟੀ ਤੇ ਨਾਲ ਬਹੁਤ ਜ਼ਿਆਦਾ ਜ਼ੁਲਮ ਬਹੁਤ ਜ਼ਿਆਦਾ ਜਾਂਤੀ ਹੋ ਰਹੀ ਹੈ ਨਜੀਬ ਨੂੰ ਗੁੰਮ ਹੋਏ ਨੂੰ 24 ਦਿਨ ਹੋ ਗਏ ਆ ਇਹ ਮਾਵਾਂ ਧੀਆਂ ਜਿਹੜੀਆਂ ਧੀ ਹੈ ਜਿਹੜੀ ਉਹ ਆਪਣਾ ਭਰਾ ਲੱਭਦੀ ਫਿਰਦੀ ਹੈ ਮਾਂ ਜਿਹੜੀ ਉਹ ਜਿਗਰ ਦਾ ਟੁਟਾ ਲੱਭਦੀ ਫਿਰਦੀ ਹੈ ਦੋਵੇਂ ਸਰਕਾਂ ਤੇ ਤੱਕੇ ਖਾਂਦੀਆਂ ਫਿਰਦੀਆਂ ਕੱਲ ਜੀਐਨਯੂ ਦੇ ਕੁਝ ਵਿਦਿਆਰਥੀ ਇਹਨਾਂ ਦੇ ਨਾਲ ਰਲ ਕੇ ਪ੍ਰੋਟੈਸਟ ਕਰਨ ਆਏ ਸਨ ਇੰਡੀਆ ਗੇਟ ਤੇ ਰਾਜਕਰਨ ਵੀਰ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਹਨਾਂ ਮਾਵਾਂ ਧੀਆਂ ਨੂੰ ਧੋਇਆ ਗਿਆ ਜੀ ਉਹ ਧੂਪ ਪਾਉਣ ਵਾਲਾ ਸੀ ਕੱਲ ਜੀ ਚ ਧੂਪ ਪੈਂਦੀ ਸੀ ਜਿਤਨਾ ਉਹਨਾਂ ਨੂੰ ਚੁੱਕਿਆ ਗਿਆ ਔਰ ਹੱਦ ਦੀ ਗੱਲ ਇਹ ਹੈ ਕਿ ਜੇ ਦੇਖੋ ਨਿਰਪਾਇਆ ਜਿਹੜੀ ਦਿੱਲੀ ਗੈਂਗਰੇਪ ਦੀ ਸ਼ਿਕਾਰ ਸੀ ਕੁੜੀ ਜੀ ਉਹਦੀ ਮਾਂ ਧਰਨਾ ਲਾਉਣਾਂ ਦੀ ਤੇ ਉਹਦੇ ਨਾਲ ਵੀ ਇਹੋ ਸਲੂਕ ਆ ਹੂੰ ਜੇ ਇਹ ਨਜ਼ੀਮ ਦੀ ਮਾਂ ਉਹਦੀ ਆ ਉਹਦੇ ਨਾਲ ਵੀ ਇਹੋ ਸਲੂਕ ਆ ਦੇਖੋ ਜਿਹੜੇ ਲੋਕ ਉਜੜੇ ਪੁਜੜੇ ਉਹਨਾਂ ਨਾਲ ਤੇ ਘੱਟੋ ਘੱਟ ਚੰਗਾ ਵਿਹਾਰ ਰੱਖੋ ਦਿੱਲੀ ਪੁਲਿਸ ਕਹਿੰਦੀ ਜੇ ਅਸੀਂ ਤੇ ਬੜੇ ਮਾਨ ਸਨਮਾਨ ਦੇ ਨਾਲ ਉਹਨਾਂ ਨੂੰ ਲੈ ਕੇ ਗਏ ਸੀ ਤੇ ਜੇ ਇਹੋ ਜਿਹਾ ਮਾਨ ਸਨਮਾਨ ਇੱਕ ਉਜੜੀ ਮਾਂ ਦਾ ਹੈ ਜੇ ਧੂਕ ਕੇ ਚੁੱਕ ਕੇ ਉਹਨੂੰ ਲੈ ਜਾਣਾ ਫਿਰ ਮੇਰੇ ਖਿਆਲ ਦੇ ਨਾਲ ਮਾਨ ਸਨਮਾਨ ਇਹੋ ਜਿਹਾ ਜਿਹੜਾ ਉਹ ਦੁਆ ਕਰਦੇ ਕਿ ਕਿਸੇ ਦਾ ਨਾ ਹੋਵੇ ਇੰਨੀ ਜ਼ਲੀਲਤਾ ਇੰਨੀ ਜ਼ਿਆਦਾ ਤਸ਼ੱਦਦ ਦੀ ਮਾਰ ਹੈਰਾਨਗੀ ਦੀ ਗੱਲ ਆ ਕਿ ਉਸ ਨਜ਼ੀਰ ਦੀ ਕੋਈ ਪੁਛ ਪ੍ਰਤੀਤ ਨਹੀਂ ਕੋਈ ਪਰਵਾਹੀ ਨਹੀਂ ਜਿਹੜਾ 24 ਦਿਨ ਤੋਂ ਲਾਪਤਾ ਹੈ ਉਹਦੀ ਮਾਂ ਦਾ ਕਹਿਣਾ ਹੈ ਕਿ ਇਹਨੇ ਮੈਨੂੰ ਫੋਨ ਕੀਤਾ ਸੀ ਇਹ ਉਸ ਸਮੇਂ ਹਸਪਤਾਲ ਦੇ ਵਿੱਚ ਸੀ ਉਹਨੇ ਦੱਸਿਆ ਨਾਂ ਵੀ ਲਿਆ ਜਿਹੜੇ ਏਬੀਬੀਪੀ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਦੀ ਜਿਹੜੀ ਵਿਦਿਆਰਥੀ ਸ਼ਾਖਾ ਹੈ ਉਹਦੇ ਕਰਕੁਨ ਦਸੀਦੇ ਉਹਨੇ ਨਾਂ ਵੀ ਲਿਆ ਕਿ ਉਹਨੇ ਮੈਨੂੰ ਫੋਨ ਤੇ ਦੱਸਿਆ ਨਜ਼ੀਮ ਨੇ ਕਿ ਮੈਨੂੰ ਇਹਨਾਂ ਦੇ ਬੰਦਿਆਂ ਨੇ ਕੁੱਟਿਆ ਮੈਂ ਇਸ ਸਮੇਂ ਹਸਪਤਾਲ ਦੇ ਵਿੱਚ ਆ ਕਹਿੰਦੀ ਕਿ ਮੈਂ ਉੱਥੋਂ ਤੁਰ ਹੀ ਆ ਕੇ ਹੋਸਟਲ ਦੇ ਵਿੱਚ ਵੇਖਿਆ ਕਿਉਂਕਿ ਉਦੋਂ ਨੂੰ ਹੋਸਟਲ ਦੇ ਵਿੱਚੋਂ ਆ ਕੇ ਅਸੀਂ ਉਹਨੇ ਮੈਨੂੰ ਫੋਨ ਕੀਤਾ ਕਿ ਮੈਂ ਹੋਸਟਲ 'ਚ ਆ ਗਿਆ ਮੈਂ ਹੋਸਟਲ 'ਚ ਆਈ ਹਾਂ ਉੱਥੇ ਪੌੜੀਆਂ 'ਚ ਉਹਦੀ ਇੱਕ ਚੱਪਲ ਪਈ ਹੈ ਮੈਂ ਉੱਥੇ ਪਤਾ ਕੀਤਾ ਉਹ ਕੋਈ ਕਹਿੰਦਾ ਜੀ ਹੁਣ ਇੱਥੇ ਆ ਜੂਗਾ ਉੱਥੇ ਆ ਜੂਗਾ ਇੱਥੇ ਆ ਜੂਗਾ ਉਹ ਆਇਆ ਹੀ ਨਹੀਂ ਹੁਣ ਦੇਖੋ 1 ਘੰਟੇ ਦਾ ਸਮਾਂ ਉਹ ਕਹਿੰਦੀ ਕਿ 11:30 ਉਹਨੇ ਮੇਰੇ ਨਾਲ ਆਖਰੀ ਵਾਰ ਗੱਲ ਕੀਤੀ ਹੈ 12:30 ਮੈਂ ਹੋਸਟਲ 'ਚ ਪਹੁੰਚ ਗਈ 1 ਘੰਟੇ ਦੇ ਵਿੱਚ ਵਿੱਚ ਦਿਨੇ ਉਹ ਮੁੰਡਾ ਜਿਹੜਾ ਗਾਇਬ ਹੋ ਜਾਂਦਾ ਹੈ ਉਹ ਜਿਨ੍ਹਾਂ ਦੇ ਉਹ ਨਾਂ ਲੈਂਦੇ ਆ ਕਿ ਆਹ ਕਾਲ ਕਰਕੇ ਆਖਰੀ ਵਾਰ ਉਹਨੇ ਆ ਆ ਨਾਂ ਲਿਆ ਪੁਲਿਸ ਹਰਾਨਗੀ ਦੀ ਗੱਲ ਆ ਕਿ ਉਹਨਾਂ ਨੂੰ ਵੀ ਇੰਟਰੋਗੇਟ ਨਹੀਂ ਕਰਦੀ ਪਈ ਅਤ ਸਤਮ ਜ਼ਰੀਫੀ ਇਹ ਆ ਕਿ ਜਿਹੜਾ ਜੀਐਨਯੂ ਦਾ ਪ੍ਰਬੰਧਨ ਹੈ ਉਨੇ ਹਾਲੇ ਤੱਕ ਆਪਦੇ ਬੰਨੀਓ ਸ਼ਿਕਾਇਤ ਹੀ ਨਹੀਂ ਦਰਜ ਕਰਵਾਈ ਮੇਰੇ ਖਿਆਲ ਦੇ ਨਾਲ ਜੇ ਨਜ਼ੀਮ ਦੀ ਜਗਾ ਕੋਈ ਕਮਲਕਿਸ਼ੋਰ ਹੁੰਦਾ ਜਾਂ ਕੋਈ ਹੋਰ ਹੁੰਦਾ ਤੇ ਉਹ ਫਿਰ ਹਾਲਾਤ ਵੀ ਹੋਰ ਹੁੰਦੇ ਪਰ ਅੱਜ ਕਿਉਂਕਿ ਨਾ ਆ ਜਿਹੜਾ ਨਜੀਬ ਆ ਇਸ ਕਰਕੇ ਹਾਲਾਤ ਹੋ ਰਿਹਾ ਪਰ ਜੋ ਕੁਝ ਵਾਪਰਦਾ ਪਿਆ ਉਸ ਪਰਿਵਾਰ ਦੇ ਨਾਲ ਉਹ ਮਹਿਸੂਸ ਕਰਵਾਉਂਦਾ ਸਾਰਿਆਂ ਨੂੰ ਕਿ ਇੰਨੀ ਜ਼ਿਆਤੀ ਇਨਾ ਅਤਿਆਚਾਰ ਇਨਾ ਜ਼ੁਲਮ ਇਨਾ ਜ਼ਬਰ ਇੰਨੀ ਲਾਪਰਵਾਹੀ ਇਸ ਸਿਸਟਮ ਦੇ ਵਿੱਚ ਜੇ ਹੈ ਫਿਰ ਵੀ ਅਸੀਂ ਭਾਰਤ ਮੇਰਾ ਮਹਾਨ ਕਹੀ ਜਾਂਦੇ ਆ ਤੇ ਫਿਰ ਮੇਰੇ ਖਿਆਲ ਦੇ ਨਾਲ ਸਾਡੇ ਵਰਗੇ ਮਹਾਨ ਲੋਕ ਸ਼ਾਇਦ ਹੀ ਕਿਸੇ ਵਿਸ਼ਵ ਦੇ ਕੋਨੇ 'ਚ ਹੋਣਗੇ ਹੂੰ ਜੀ ਜੀ ਬਿਲਕੁਲ ਤੇ ਜਾਂਦੇ ਜਾਂਦੇ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਮਨਪ੍ਰੀਤ ਤੇ ਪਠੱਲ ਦੇ ਬਿਆਨ ਤੋਂ ਬਾਅਦ ਕਰਜ਼ੇ ਤੇ ਸਿਆਸਤ ਤੇਜ਼ ਹੋਈ ਇਹਨਾਂ ਦੀ ਖੀਰ ਦੇ ਵਿੱਚ ਖੇ ਅਖੀਰ ਚ ਪੈਣੀ ਹੁੰਦੀ ਹੈ ਚਾਹੇ ਕੋਈ ਪਾ ਦੇ ਅੱਜ ਪ੍ਰਤਾਪ ਸਿੰਘ ਬਾਜਵਾ ਕਹੀ ਜਾਂਦਾ ਸੀਗਾ ਜੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਾਲੀ ਲਈ ਆਉਂਦਾ ਇਹਨਾਂ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ ਜਿਹੜਾ ਪਟਨੀ ਵਾਲਾ ਮਤਾ ਹੈ ਉਹਦੀ ਪ੍ਰੋੜਤਾ ਹੋਣੀ ਚਾਹੀਦੀ ਹੈ ਸਾਰੀ ਆਪ ਦੀ ਜਿਹੜੀ ਕੁਕੜ ਖੇ ਉਡਾਉਂਦੇ ਰਹਿੰਦੇ ਇਹਨਾਂ ਦੇ ਵਿੱਚ ਇਹੀ ਇਹਨਾਂ ਦੀ ਕਮੀ ਹੈ ਕਿ ਜਦੋਂ ਵੀ ਇਹਨਾਂ ਦੀ ਟੀਮ ਥੋੜਾ ਜਿਹਾ ਅੱਗੇ ਵੱਧਦੀ ਹੈ ਉਹ ਚਾਰ ਜਣੇ ਉਹਨਾਂ ਦੀ ਲੱਤਾਂ ਖਿੱਚ ਕੇ ਉਹਨਾਂ ਨੂੰ ਉੱਥੇ ਫੇਰ ਲੈ ਆਉਂਦੇ ਆ ਉੱਥੇ ਕੁਲੀ ਜਾਂਦੇ ਜਿਵੇਂ ਉਹ ਚਿੱਕੜ ਦੇ ਵਿੱਚ ਕੁਸ਼ਤੀ ਹੁੰਦੀ ਹੈ ਨਾ ਇੱਕ ਜਿਹੜਾ ਨਿਕਲਦਾ ਉਹਨੂੰ ਵੀ ਦੂਜਾ ਖਿੱਚ ਲੈਂਦਾ ਇਹ ਚਿਕੜ ਗੁਸ਼ਤੀ ਚੱਲਦੀ ਪਈ ਆ ਜੀ ਇਹਨਾਂ ਨੇ ਇੱਕ ਮੈਨੀਫੈਸਟੋ ਤਿਆਰ ਕਰਨਾ ਕਿਸਾਨੀ ਵਾਸਤੇ ਉਹਦੇ ਇੰਚਾਰਜ ਆ ਬੀਬੀ ਪਠਲ ਤੇ ਮਨਪ੍ਰਿਕ ਬਾਦਲ ਇਹਨਾਂ ਨੇ ਕੱਲ ਲੁਧਿਆਣੇ ਦੇ ਵਿੱਚ ਕਹਿ ਦਿੱਤਾ ਸੀ ਕਿ ਅਸੀਂ ਮੈਨੀਫੈਸਟੋ ਦੇ ਵਿੱਚ ਜੋ ਵਾਅਦਾ ਲਿਆਵਾਂਗੇ ਉਹ ਸਾਡਾ ਇਹ ਹੋਏਗਾ ਕਿ ਅਸੀਂ ਸਹਿਕਾਰੀ ਬੈਂਕਾਂ ਤੇ ਸੁਸਾਇਟੀਆਂ ਜਿਹੜੀਆਂ ਸਾਡੀਆਂ ਪਿੰਡੂ ਜਿਨ੍ਹਾਂ ਨੂੰ ਸਹਿਕਾਰੀ ਸਭਾਵਾਂ ਵੀ ਕਹਿ ਦਿੰਦੇ ਆ ਸਿਰਫ ਤੇ ਸਿਰਫ ਸਹਿਕਾਰੀ ਬੈਂਕ ਜਿਹੜੇ ਹੁੰਦੇ ਆ ਅਰਧ ਸਰਕਾਰੀ ਬੈਂਕ ਤੇ ਸਹਿਕਾਰੀ ਸੁਸਾਇਟੀਆਂ ਜਿਹੜੀਆਂ ਇਹਨਾਂ ਦਾ ਕਰਜ਼ਾ ਮਾਫ ਕਰਾਂਗੇ ਇੱਕ ਬਿਆਨ ਆਪਣੇ ਆਪ ਦੇ ਵਿੱਚ ਵਿਰੋਧਾਪਾਸ ਵਾਲਾ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਫਾਰਮ ਭرائی ਫਿਰਦਾ ਕਿ ਕਿਹਦੇ ਕਰਜ਼ਾ ਕਿੰਨਾ ਕਿਹਦੇ ਕਰਜ਼ਾ ਕਿੰਨਾ ਕਿਹਦੇ ਕਰਜ਼ਾ ਕਿੰਨਾ ਉਹ ਕਰਜ਼ਿਆਂ ਦੇ ਵਿੱਚ ਇੱਕ ਸ਼ਹਿਰ 'ਚ ਇਹੋ ਜਿਹਾ ਮਾਮਲਾ ਵੀ ਸਾਹਮਣੇ ਆਇਆ ਉੱਥੇ ਕੋਈ ਕਾਂਗਰਸੀ ਜੀ ਸੀਗਾ ਜਿਹੜਾ ਉਹ ਖਾਣ ਪੀਣ ਵਾਲਾ ਹੀ ਆ ਬੇਲੀ ਉਹਨੇ ਸਾਰੇ ਲਾਗੇ ਪਾਸੇ ਵਾਲਿਆਂ ਦੇ ਫਾਰਮ ਭਰਾਲੇ ਤੇ ਹੁਣ ਉਹਨੇ ਇੱਕ ਇੱਕ ਫੋਟੋ ਕਾਪੀ ਵੀ ਰੱਖੀ ਆ ਤੇ ਜਿਹੜਾ ਵੀ ਉਥੋਂ ਲੱਗਦਾ ਉਹਦੇ ਕੋਲ ਦੀ ਖਾਪੀ ਕਿ ਆਖ ਦਿੰਦਾ ਆ ਜਾਂਦਾ ਫਲਾਣਾ ਜਿਹੜਾ 5 ਲੱਖ ਦਾ ਕਰਜ਼ਾਈ ਆ ਮਤਲਬ ਕੁਡਨੀ ਵੀ ਜੀ ਪਾ ਕੇ ਚਲਾ ਜਾਂਦਾ ਉਹ ਕਹਿੰਦਾ ਕੋਈ ਬੋਲ ਨਹੀਂ ਸਕਦਾ ਮੈਂ ਤੇ ਸਾਰੇ ਪਿੰਡ ਦੇ ਜਿਹੜੇ ਪੋਤੜੇ ਫੋਲਦੂ ਉਹ ਅੱਢ ਆਵਦਾ ਉਥੇ ਅੱਢਾ ਲਾਈ ਬੈਠਾ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਚੱਲੀਆਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਸਾਰੀ ਤਿਆਰੀ ਕਰੀ ਬੈਠਾ ਸੀ ਸਾਰੇ ਆ ਵੀ ਠੁੱਕੀ ਬੈਠਾ ਆ ਤੇ ਅਸੀਂ ਜੀ ਕਰਜ਼ਾ ਜਿਹੜਾ ਉਹ ਲੀਕ ਫੇਰ ਦਿਆਂਗੇ ਸਾਰੇ ਕਰਜ਼ੇ। ਜਾਂਦ ਕੇ ਮੈਨੀਫੈਸਟੋ ਦੇ ਜਿਹੜੇ ਨਿਰਮਾਤਾ ਨੇ ਜਿਹੜੇ ਪ੍ਰਮੁੱਖ ਨਿਰਮਾਤਾ ਨੇ ਇਹਨਾਂ ਦੇ ਉਹ ਕਹਿੰਦੇ ਕਿ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਜੇ ਹੁਣ ਇਹਨਾਂ ਦੇ ਮੈਨੀਫੈਸਟੋ ਦੀ ਗੱਲ ਕਰੀਏ ਹੁਣ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਿ 100% ਕਰਜ਼ੇ ਤੇ ਅਸੀਂ ਲੀਕ ਮਰਾਂਗੇ ਜੇ ਸਹਿਕਾਰੀ ਬੈਂਕਾਂ ਤੇ ਸਹਿਕਾਰੀ ਸੁਸਾਇਟੀਆਂ ਦੀ ਗੱਲ ਕਰੀਏ ਤਾਂ ਉਹ ਰਾਜਕਰਨ ਵੀਰ ਸਿੰਘ ਜੀ ਸਿਰਫ ਤੇ ਸਿਰਫ 12% ਵੱਧਦਾ ਹੈ। ਤਾਂ ਕੋਈ ਬਹੁਤਾ ਕਿਸਾਨਾਂ ਸਰ ਜਿਹੜਾ ਕਰਜ਼ਾ ਹੈ ਉਹ ਹੈ ਸ਼ਾਊ ਕਰਾ ਕਰਜ਼ਾ ਜਾਂ ਜਿਹੜੇ ਕੇਂਦਰੀ ਬੈਂਕਾਂ ਦਾ ਕਰਜ਼ਾ ਹੁਣ ਉਹਨਾਂ ਤੋਂ ਜੇ ਇਹ ਕਰਜ਼ੇ ਜਿਹੜੇ ਪਾਸੇ ਰਹਿ ਜਾਣਗੇ ਲੰਬੇ ਰਹਿ ਜਾਣਗੇ ਮਾਫ ਕਰਨ ਵਾਲੇ ਤੇ ਫਿਰ ਬਹੁਤ ਸਾਰੀ ਰਕਮ ਹੈ ਜਿਹੜੀ ਉਹ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਕਿਸਾਨਾਂ ਦੇ ਸਿਰ ਤੇ ਲੰਕਦੀ ਰਹਿ ਜਾਏਗੀ ਹੁਣ ਇਹਨਾਂ ਨੂੰ ਫੈਸਲਾ ਕਰ ਲੈਣਾ ਚਾਹੀਦਾ ਕਰਨਾ ਕੀ ਹੈ ਪਰ ਅਕਾਲੀ ਇਸ ਮਾਮਲੇ 'ਚ ਪਹਿਲਾਂ ਹੀ ਜਿਹੜਿਆ ਉਹ ਆਪਣੇ ਆਪ ਨੂੰ ਪਰਖ ਚੁੱਕੇ ਆ ਜੋ ਚੁੱਕੇ ਆ ਉਹਨਾਂ ਨੂੰ ਪਤਾ ਹੈ ਕਿ ਅਸੀਂ ਜੇ ਵਾਦਾ ਕੀਤਾ ਅੱਗੇ ਵੀ ਅਸੀਂ ਨਹੀਂ ਕਰ ਸਕੇ गांव ਵੀ ਸਤੋਨੀ ਹੁਣਾ ਇਸ ਕਰਕੇ ਉਹ ਹਾਥੀ ਖੜੇ ਕਰਗੇ ਆ ਕਿ ਅਸੀਂ ਕਰਜ਼ੇ ਵਾਲਾ ਵਾਦਾ ਹੀ ਨਹੀਂ ਕਰਨਾ ਆਮ ਆਦਮੀ ਪਾਰਟੀ ਕਾਂਗਰਸ ਨੂੰ کہہ ਰਹੀ ਹੈ ਕਿ ਇਹ ਨਹੀਂ ਕਰਨਗੇ ਅਸੀਂ ਕਰਾਂਗੇ ਪਰ ਮੇਰੇ ਖਿਆਲ ਦੇ ਨਾਲ ਇਹ ਦੋਨਾਂ ਲਈ ਹੀ ਪੋਸੀਬਲ ਨਹੀਂ ਪੋਸੀਬਲ ਇਸ ਕਰਕੇ ਨਹੀਂ ਕਿ ਚਾਹੂ ਕਰ ਕਰਜ਼ਾ ਤੇ ਜਿਹੜਾ ਆਰਬੀਆਈ ਦੇ ਬੈਂਕ ਆ ਉਹਨਾਂ ਦਾ ਕਰਜ਼ਾ ਜਿਹੜਾ ਆ ਉਹ ਲਾਉਣਾ ਇਹਨਾਂ ਸਾਫ਼ ਕਰਨਾ ਜਲਦੀ ਇੰਨੀ ਜਲਦੀ ਲੀਕ ਫੇਰ ਨਹੀਂ ਉਹ ਸੰਭਵ ਨਹੀਂ ਇਹਨਾਂ ਨੂੰ ਸੋਚ ਕੇ ਵਾਦੇ ਕਰਨੇ ਚਾਹੀਦੇ ਆ ਅੱਜ ਆਪੋ ਦੇ ਵਿੱਚ ਹੀ ਆਪਾਂ ਵਿਰੋਧੀ ਸਥਿਤੀ ਦੇ ਵਿੱਚ ਆ ਜਦੋਂ ਕੱਲ ਨੂੰ ਸੱਤਾ 'ਚ ਮੰਨ ਲੋ ਆ ਜਾਂਦੇ ਆ ਉਦੋਂ ਵੀ ਫਿਰ ਇਹੋ ਜੇ ਕੁਝ ਕਰਨਗੇ ਇੱਕ ਕਹੂਗਾ ਕਰ ਦਈਏ ਦੂਜਾ ਕਹੂਗਾ ਨਹੀਂ ਜੀ ਇੰਨਾ ਕੁ ਕਰ ਦੋ ਤੀਜਾ ਕਹੂਗਾ ਛੱਡੋ ਭਰਾ ਜੀ ਇਹ ਤੇ ਖਜ਼ਾਨਾ ਜਿਹੜਾ ਉਹ ਬਦਹਾਲ ਹੋ ਜਾਏਗਾ ਸੂਬਾ ਜਿਹੜਾ ਮਾਂ ਦਾ ਹਾਲ ਹੋ ਜਾਏਗਾ ਰਹਿਣ ਦਿਓ ਅਗਲੀ ਵਾਰ ਪਾਵਰ ਚਾਵਾਂਗੇ ਅਗਲੀ ਵਾਰ ਫਿਰ ਕਰਦੇ ਆਂਗੇ ਜੀ 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 ਬਿਲਕੁਲ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਆਂ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਅਗਲੇ ਬੁਲੇਟੇ ਤੱਕ ਲਈ ਤੁਹਾਡਾ ਬਹੁਤ ਬਹੁਤ ਧੰ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਤੇ ਸ੍ਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਗੀ ਜਹੀ ਸਤਿ ਸ੍ਰੀ ਅਕਾਲ ਯੂਨੀਵਰਸਿਟੀ ਰਿਓ ਹਾਸਤੇ ਖੇਲਦੇ ਰਿਓ ਤੇ ਸੁਣਦੇ ਰਿਓ ਪੰਜਾਬੀ ਰੇਡੀਓ ਯੂ ਐਸ ਏ